ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਲੈ ਕੇ ਹਾਜ਼ਰ ਹਾਂ ਤੁਹਾਡੇ ਵਾਸਤੇ ਇੱਕ ਖਾਸ ਪ੍ਰੋਗਰਾਮ ਜਿਹਦੇ ਵਿੱਚ ਇੱਕ ਸੁਨੇਹਾ ਵੀ ਹੈਗਾ ਅਤੇ ਖਾਸ ਕਾਰਨ ਵੀ ਹੈਗੇ ਜਿਸ ਕਰਕੇ ਅੱਜ ਅਸੀਂ ਇਹ ਖਾਸ ਸ਼ੋਅ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੋਏ ਹਾਂ। ਤੁਹਾਨੂੰ ਪਤਾ ਹੈ ਕਿ ਗੁਰੂ ਰਵਿਦਾਸ ਟੈਂਪਲ ਜਿਹੜੇ ਕਿ ਕਾਠੋ ਇੱਕ ਬ੍ਰੌਡਵੇ 'ਤੇ ਸਥਿਤ ਹੈਗੇ ਨੇ, ਉਹਨਾਂ ਦੀ ਇਲੈਕਸ਼ਨ ਜਿਹੜੀ ਹੈਗੀ ਹੈ ਜਨਵਰੀ 2018 ਦੇ ਵਿੱਚ ਡਿਊ ਹੈਗੀ ਹੈ। ਇਸ ਵੇਲੇ ਗੁਰਦੁਆਰਾ ਸਾਹਿਬ ਤੋਂ ਕਮੇਟੀ ਜਿਹੜੀ ਹੈ ਇਸ ਵੇਲੇ ਸਾਡੇ ਕੋਲ ਆਈ ਹੋਈ ਹੈ, ਕਿਉਂਕਿ ਆਗਾਮੀ ਚੋਣਾਂ ਨੂੰ ਲੈ ਕੇ ਟਰਾਂਸਪੇਰੈਂਟ ਤਰੀਕੇ ਦੇ ਨਾਲ ਹਰ ਇੱਕ ਨੂੰ ਜਿਹੜਾ ਵੋਟ ਬਣਾਉਣ ਵਾਸਤੇ ਜਿਹੜਾ ਇੱਕ ਸੱਦਾ ਪੱਤਰ ਜਿਹੜਾ ਉਹ ਦਿੱਤਾ ਜਾ ਰਿਹਾ। ਪਿਛਲੇ ਦਿਨਾਂ ਦੇ ਵਿੱਚ ਅਖਬਾਰਾਂ ਦੇ ਰਾਹੀਂ ਵੀ ਸੁਨੇਹਾ ਦਿੱਤਾ ਗਿਆ, ਅੱਜ ਖਾਸ ਤੌਰ 'ਤੇ ਕਮੇਟੀ ਵੱਲੋਂ ਜਿਹੜਾ ਸਾਡੇ ਟੀਵੀ ਸਟੇਸ਼ਨ ਦੇ ਉੱਤੇ ਆ ਕੇ ਹਰੇਕ ਉਸ ਮੈਂਬਰ ਨੂੰ ਜਿਹੜਾ ਸੁਨੇਹਾ ਦਿੱਤਾ ਜਾ ਰਿਹਾ, ਕਿਉਂਕਿ ਵੋਟ ਜਿਹੜੀ ਉਹ ਬਣਾਉਣੀ ਬਹੁਤ ਜ਼ਰੂਰੀ ਹੈ। ਜਿਹਦੀ ਵੋਟ ਨਹੀਂ ਹੋਏਗੀ ਉਹ ਬਾਅਦ 'ਚ ਆ ਕੇ ਜਿਹੜਾ ਆਪਣੀ ਵੋਟ ਦਾ ਅਧਿਕਾਰ ਦੀ ਜਿਹੜੀ ਵਰਤੋਂ ਹੈ ਉਹ ਨਹੀਂ ਕਰ ਸਕਦਾ। ਸੋ ਮੈਂਬਰਸ਼ਿਪ ਜਿਹੜੀ ਲੈਣ ਵਾਸਤੇ ਕੀ ਤਰੀਕੇ ਹੋਣਗੇ, ਕਿਸ ਕਿਸ ਤਰੀਕੇ ਨਾਲ ਅਤੇ ਕਿਹੜੀ ਕਿਹੜੀ ਤਰੀਕ ਨੂੰ ਜਾ ਕੇ ਮੈਂਬਰਸ਼ਿਪ ਲਈ ਜਾ ਸਕਦੀ ਹੈ, ਇਸ ਦੇ ਬਾਰੇ ਅੱਜ ਵਧੇਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਜਿਹੜੀ ਹੈ ਗੁਰਦੁਆਰਾ ਸਾਹਿਬ ਤੋਂ ਕਮੇਟੀ ਹੈ ਉਹ ਆਈ ਹੋਈ ਹੈ। ਸੋ ਉਹਨਾਂ ਨਾਲ ਪਹਿਲਾਂ ਸਭ ਤੋਂ ਪਹਿਲਾਂ ਵੈਲਕਮ ਕਰਦੇ ਹਾਂ ਅਤੇ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਕੋਲ ਹੋਰ ਜਾਣਕਾਰੀ ਜਿਹੜੀ ਹੈ ਅਸੀਂ ਇਕੱਤਰਿਤ ਕਰਾਂਗੇ। ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਅਸ਼ੋਕ ਮਾਹੀ ਜੀ ਜਿਹੜੇ ਕਿ ਇਸ ਵੇਲੇ ਕਮੇਟੀ ਦੇ ਪ੍ਰਧਾਨ ਹੈਗੇ ਨੇ, ਉਹਨਾਂ ਦੇ ਨਾਲ ਚਲਮਨ ਦਾਸ ਰਾਤੋ ਜੀ ਜਿਹੜੇ ਕਿ ਵਾਈਸ ਪ੍ਰੈਜ਼ੀਡੈਂਟ ਨੇ ਅਤੇ ਬਲਬੀਰ ਚੌਹਾਨ ਜੀ ਚੇਅਰਮੈਨ ਹੈਗੇ ਨੇ ਕਮੇਟੀ ਦੇ, ਇਸ ਵੇਲੇ ਸਾਡੇ ਨਾਲ ਸਟੂਡੀਓ ਦੇ ਵਿੱਚ ਵਿਰਾਜਮਾਨ ਨੇ। ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਕੱਢਿਆ ਅਤੇ ਸਾਨੂੰ ਜਾਣਕਾਰੀ ਜਿਹੜੀ ਅੱਜ ਇਸ ਇਲੈਕਸ਼ਨ ਦੇ ਬਾਰੇ ਦਿਓਗੇ। ਸਭ ਤੋਂ ਪਹਿਲਾਂ ਅਸ਼ੋਕ ਮਾਹੀ ਜੀ ਤੁਹਾਡੇ ਕੋਲ ਸਵਾਲ ਹੈਗਾ ਕਿ ਜਿਹੜੀ ਇਹ ਕਿਹੜੇ ਕਿਹੜੇ ਦਿਨ ਨੂੰ ਜਿਹੜੀਆਂ ਨੇ ਤੁਸੀਂ ਮੈਂਬਰਸ਼ਿਪ ਵਾਸਤੇ ਜਿਹੜੀ ਹੈ ਦਿਨ ਖੋਲ੍ਹੇ ਹੋਏ ਨੇ ਅਤੇ ਕਿੰਨੇ ਸਮੇਂ ਤੋਂ ਲੈ ਕੇ ਕਿੰਨੇ ਸਮੇਂ ਤੱਕ ਉੱਥੇ ਲੋਕ ਜਿਹੜੇ ਨੇ ਵੋਟ ਵਾਸਤੇ ਜਾਂ ਮੈਂਬਰਸ਼ਿਪ ਵਾਸਤੇ ਆ ਸਕਦੇ ਨੇ? ਹਾਂਜੀ ਮਨੀਸ਼ ਜੀ, ਸਾਰਿਆਂ ਤੋਂ ਪਹਿਲਾਂ ਤਾਂ ਜਸ ਪੰਜਾਬੀ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਮਨੀਸ਼ ਜੀ, ਇਹ ਜੋ ਇਲੈਕਸ਼ਨ ਤਾਂ ਇੱਕ ਵੀਕ 11 ਅਤੇ 12 ਨਵੰਬਰ ਉਹ ਤਾਂ ਬੀਤ ਚੁੱਕਿਆ ਅਤੇ ਸਟਾਰਟ ਹੋਇਆ ਸੀ 11 ਤਰੀਕ ਤੋਂ ਅਤੇ 12 ਅਤੇ ਹੁਣ ਦਿਨ ਰਹਿ ਗਏ 18, 19, 25 ਅਤੇ 26 ਨਵੰਬਰ 2017 ਜੀ। ਅਤੇ ਇਹਨਾਂ ਦਾ ਟਾਈਮ ਹੈਗਾ ਜੀ 11 ਵਜੇ ਤੋਂ ਲੈ ਕੇ 5 ਵਜੇ ਤੱਕ ਅਤੇ ਆਖਰੀ ਦਿਨ 26 ਨਵੰਬਰ ਨੂੰ ਟਾਈਮ ਹੈਗਾ ਆ ਅਤੇ 12 ਵਜੇ ਤੋਂ ਲੈ ਕੇ 7 ਵਜੇ ਤੱਕ ਸ਼ਾਮ ਤੱਕ। ਓਕੇ ਜੀ। ਅਤੇ ਇਸ ਵਿੱਚ ਇਸ ਟਾਈਮ 'ਤੇ ਕੋਈ ਵੀ ਮੈਂਬਰ ਜੋ ਗੁਰੂ ਘਰ ਦੇ ਕੰਸਟੀਟਿਊਸ਼ਨ ਨੂੰ ਅਧੀਨ ਆਉਂਦਾ ਆ ਕੇ ਮੈਂਬਰਸ਼ਿਪ ਲੈ ਸਕਦਾ। ਓਕੇ, ਤਾਂ ਜਿਹੜੀ ਮੈਂਬਰਸ਼ਿਪ ਦਾ ਹੈਗਾ ਇਹ ਕੀ ਪਰਟੀਕੁਲਰ ਟਾਈਮ ਹੈਗਾ, ਇਸ ਤੋਂ ਬਾਅਦ ਕੋਈ ਐਕਸਟੈਂਡ ਕਰਨ ਦਾ ਜਾਂ ਕਿਸੇ ਤਰੀਕੇ ਦਾ ਕੋਈ ਹੈਗਾ ਕਿ ਆਪਾਂ ਐਕਸਟੈਂਡ ਵੀ ਕਰ ਸਕਦੇ ਹਾਂ ਇਸ ਮੈਂਬਰਸ਼ਿਪ ਦੇ ਪ੍ਰੋਸੈਸ ਨੂੰ? ਨਹੀਂ ਮਨੀਸ਼ ਜੀ, ਜਿੱਦਾਂ ਹੁਣ ਟਾਈਮ ਦੇ ਸਕਦੇ ਹਾਂ ਅਨੁਸਾਰ ਜੋ ਪ੍ਰੋਸੀਜਰ ਆ ਉਹ ਇਹਦੇ ਵਿੱਚ ਐਕਸਟੈਂਸ਼ਨ ਨਹੀਂ ਹੋ ਸਕਦੀ। ਇਹ ਤੇ ਜੋ 26 ਨਵੰਬਰ ਦਾ ਦਿਨ ਲਾਸਟ ਡੇਟ ਹੋਵੇਗਾ, ਇਸ ਕਰਕੇ ਸੰਗਤ ਨੂੰ ਅਪੀਲ ਕਰਦੇ ਹਾਂ ਕਿ 26 ਨਵੰਬਰ ਤੋਂ ਪਹਿਲਾਂ ਆਪਣੀ ਮੈਂਬਰਸ਼ਿਪ ਅੱਗੇ ਲੈ ਲਈ ਜਾਵੇ। ਠੀਕ ਹੈ ਜੀ, ਬਿਲਕੁਲ ਇਹਦੇ ਵਿੱਚ ਇਹਨਾਂ ਨੇ ਕਲੀਅਰ ਕੀਤਾ ਕਿ 26 ਤਰੀਕ ਨੂੰ ਜਿਹੜਾ ਸ਼ਾਮ ਦੇ 7 ਵਜੇ ਜਿਹੜੀ ਹੈ ਅਖੀਰਲੀ ਜਿਹੜੀ ਹੈ ਮੈਂਬਰਸ਼ਿਪ ਜਿਹੜੀ ਹੈ ਲਈ ਜਾਏਗੀ, ਉਸ ਤੋਂ ਬਾਅਦ ਇਸ ਨੂੰ ਕਿਸੇ ਵੀ ਕੀਮਤ ਦੇ ਉੱਤੇ ਐਕਸਟੈਂਡ ਨਹੀਂ ਕੀਤਾ ਜਾਵੇਗਾ। ਸੋ ਬੜਾ ਧਿਆਨਯੋਗ ਹੈ, ਜਿਹੜੇ ਚਾਹੁੰਦੇ ਨੇ ਕਿ ਇਸ ਇਲੈਕਸ਼ਨ ਵਾਸਤੇ ਮੈਂਬਰਸ਼ਿਪ ਲਈ ਜਾਵੇ ਉਹ ਜ਼ਰੂਰ ਜਿਹੜਾ 7 ਵਜੇ ਤੋਂ ਪਹਿਲਾਂ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਅਪਰੋਚ ਕਰ ਸਕਦੇ ਨੇ। ਸੋ ਇਹਦੇ 'ਚ ਮਾਹੀ ਜੀ ਇੱਕ ਹੋਰ ਸਵਾਲ ਇਹ ਉੱਠਦਾ ਹੈ ਕਿ ਤੁਸੀਂ ਕਹਿ ਕੇ ਜਿਹੜੇ ਕੌਨਸਟੀਟਿਊਸ਼ਨ ਦੇ ਅਧੀਨ ਆਉਂਦੇ ਨੇ ਉਹ ਮੈਂਬਰਸ਼ਿਪ ਜਿਹੜੀ ਹੈ ਉਹ ਲੈ ਸਕਦੇ ਨੇ, ਕਿ ਜਿਹੜੇ ਇਸ ਵੇਲੇ ਮੈਂਬਰਸ਼ਿਪ ਦੇ ਫਾਰਮ ਭਰਨਗੇ ਉਹਦੇ ਉੱਤੇ ਓਬਜੈਕਸ਼ਨ ਲੱਗਣ ਦਾ ਵੀ ਕੋਈ ਉਪਰਾਲਾ ਜਿਹੜਾ ਤੁਹਾਡੇ ਵੱਲੋਂ ਕੀਤਾ ਗਿਆ ਕਿ ਕੋਈ ਵੀ ਅਗਰ ਜਿਹੜੀ ਇਲੈਕਸ਼ਨ ਦੀ ਕਮੇਟੀ ਇਲੈਕਸ਼ਨ ਲੜਨਾ ਚਾਹੁੰਦੀ ਹੈ ਜਾਂ ਤੁਸੀਂ ਓਬਜੈਕਸ਼ਨ ਕ੍ਰੀਏਟ ਕਰਦੇ ਹੋ ਕਿ ਤੁਹਾਡੇ ਮੈਂਬਰਸ਼ਿਪ ਨਹੀਂ ਬਣਦੀ ਜਾਂ ਕੋਈ ਹੋਰ ਕਰਦਾ, ਕਿ ਇਸ ਤਰ੍ਹਾਂ ਦਾ ਕੋਈ ਟਾਈਮ ਫਰੇਮ ਰੱਖਿਆ ਗਿਆ? ਓਬਜੈਕਸ਼ਨ ਦਾ ਕੋਈ ਵੀ ਕੰਸਟੀਟਿਊਸ਼ਨ ਦੇ ਵਿੱਚ, ਯਾਨੀ ਜਿਹੜਾ ਵੀ ਮੈਂਬਰ ਕੰਸਟੀਟਿਊਸ਼ਨ ਦੇ ਅਧੀਨ ਆਉਂਦਾ ਆ ਜੀ ਉਹ ਮੈਂਬਰਸ਼ਿਪ ਲੈ ਸਕਦਾ ਆ, ਜਿਹੜਾ ਨਹੀਂ ਅਤੇ ਬਾਅਦ 'ਚ ਫਾਈਂਡ ਆਊਟ ਹੁੰਦਾ ਵੀ ਇਹ ਬੰਦਾ ਕੰਸਟੀਟਿਊਸ਼ਨ ਦੇ ਅਨੁਸਾਰ ਨਹੀਂ ਹੈਗਾ, ਉੱਥੇ ਓਬਜੈਕਸ਼ਨ ਕਮੇਟੀ ਲਾ ਸਕਦੀ ਵੀ ਤੂੰ ਵੀ ਤੁਸੀਂ ਇਸ ਕੰਸਟੀਟਿਊਸ਼ਨ ਦੇ ਅੰਦਰ ਨਹੀਂ ਆਉਂਦੇ, ਬਾਕੀ ਆ ਉਹਦਾ ਓਬਜੈਕਸ਼ਨ ਦਾ ਕੋਈ ਨਹੀਂ ਹੈਗਾ ਜੀ। ਚੇਅਰਮੈਨ ਸਾਹਿਬ ਇੱਕ ਸਿੱਧਾ ਸਵਾਲ ਇਹ ਹੁੰਦਾ ਕਿ ਗੁਰਦੁਆਰਾ ਘਰ ਦੇ ਵਿੱਚ ਅਸੀਂ ਅਕਸਰ ਵੇਖਿਆ ਕਿ ਚੋਣਾਂ ਹੁੰਦੀਆਂ ਨੇ, ਪਰ ਹਰ ਵਾਰੀ ਇੱਕ ਆਵਾਜ਼ ਜ਼ਰੂਰ ਉੱਠਦੀ ਹੈ ਕਿ ਕਿਉਂ ਨਾ ਸਰਬਸੰਮਤੀ ਦੇ ਨਾਲ ਜਿਹੜਾ ਹੈ ਕਮੇਟੀਆਂ ਸੁਣ ਲੈਣ ਕਿ ਇਸ ਸਾਲ ਜਿਹੜਾ ਕਿਸ ਨੂੰ ਬਣਨਾ। ਕੀ ਤੁਸੀਂ ਕੋਈ ਇਸ ਤਰ੍ਹਾਂ ਦਾ ਉਪਰਾਲਾ ਪਹਿਲਾਂ ਕੀਤਾ ਸੀ ਕਿ ਆਪਾਂ ਇਸ ਚੀਜ਼ ਨੂੰ ਸਰਬਸੰਮਤੀ ਨਾਲ ਕਰ ਸਕੀਏ? ਹਾਂਜੀ ਮਨੀਸ਼ ਜੀ, ਬਹੁਤ ਅੱਛੀ ਗੱਲ, ਬਹੁਤ ਸੋਹਣਾ ਕੁਐਸਚਨ ਤੁਸੀਂ ਪੁੱਟ ਕੀਤਾ। ਇਸ ਦੇ ਵਾਸਤੇ ਜਦੋਂ ਸਾਡੀ 2015 ਦੇ ਵਿੱਚ ਇਲੈਕਸ਼ਨ ਹੋਈ ਸੀ,
ਸੌਰੀ 16 ਦੇ ਵਿੱਚ ਜੀ, ਤੇ ਉਸ ਟਾਈਮ ਸਾਡੇ ਪ੍ਰਧਾਨ ਅਸ਼ੋਕ ਕੁਮਾਰ ਜੀ ਹੁਣਾਂ ਦਾ ਵੀ ਪਹਿਲਾਂ ਇਹੀ ਮੈਨੀਫੈਸਟੋ ਸੀ ਕਿ ਦੋਨਾਂ ਧਿਰਾਂ ਨੂੰ ਜਿੰਨੀਆਂ ਵੀ ਧਿਰਾਂ ਇਕੱਠੀਆਂ ਹੋ ਕੇ ਕੋਸ਼ਿਸ਼ ਕਰਨ ਕੇ ਇਹ ਇਕੱਠੇ ਹੋ ਕੇ ਇਹ ਇਲੈਕਸ਼ਨ ਜਾਂ ਸਿਲੈਕਸ਼ਨ ਕੀਤੀ ਜਾਵੇ ਜੀ। ਇਸ ਦੇ ਪ੍ਰਤੀ ਅਸੀਂ ਬਹੁਤ ਸਾਰਾ ਉਪਰਾਲਾ ਕੀਤਾ, ਮੀਟਿੰਗਾਂ ਕੀਤੀਆਂ ਦੂਸਰੇ ਸੱਜਣਾਂ ਦੇ ਨਾਲ ਵੀ, ਪਰ ਉਹਨਾਂ ਦਾ ਕੋਈ ਪੋਜ਼ਿਟਿਵ ਸਾਨੂੰ ਜਿਹੜਾ ਅਸੀਂ ਰਿਜ਼ਲਟ ਨਹੀਂ ਮਿਲਿਆ ਜੀ। ਇਸ ਕਰਕੇ ਅਜੇ ਵੀ ਸਾਡੀ ਇਹ ਕੋਸ਼ਿਸ਼ ਹੈ ਕਿ ਮੈਂਬਰਸ਼ਿਪ ਹੋਣ ਦੇ ਅੰਤ ਤੱਕ ਕੋਈ ਵੀ ਸੱਜਣ ਕਮਿਊਨਿਟੀ 'ਚੋਂ ਉੱਠ ਕੇ ਸਾਡੇ ਨਾਲ ਇਸ ਪੁਆਇੰਟ ਦੇ ਉੱਤੇ ਡਿਸਕਸ ਪੁਆਇੰਟ 'ਤੇ ਕਰਨੀ ਚਾਹੁੰਦਾ ਤਾਂ ਅਸੀਂ ਉਸਦਾ ਵੈਲਕਮ ਕਰਾਂਗੇ, ਤਾਂ ਕਿ ਸਾਰੀ ਕਮਿਊਨਿਟੀ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਸਿਲੈਕਸ਼ਨ ਕਰ ਦਿੱਤੀ ਜਾਵੇ। ਕਿਉਂਕਿ ਜਿਹੜਾ ਇਲੈਕਸ਼ਨ ਸਿਲੈਕਸ਼ਨ 'ਤੇ ਖਰਚ ਆਉਂਦਾ ਇਲੈਕਸ਼ਨ ਦੇ ਪ੍ਰਤੀ, ਉਹੀ ਅਸੀਂ ਜਿਹੜੀ ਖਰਚਾ ਆ ਗੁਰੂ ਘਰ ਦੀ ਤਰੱਕੀ ਵਾਸਤੇ ਅਸੀਂ ਯੂਜ਼ ਕਰ ਸਕਦੇ ਹਾਂ। ਇਸ ਕਰਕੇ ਸਾਡਾ ਹੁਣ ਵੀ ਉਪਰਾਲਾ ਆ, ਅਸੀਂ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਕੋਈ ਵੀ ਸੱਜਣ ਹੁਣ ਵੀ ਸਾਡੇ ਕੋਲ ਆ ਕੇ ਸਾਡੇ ਨਾਲ ਗੱਲਬਾਤ ਕਰ ਸਕਦਾ ਕਿ ਤੁਸੀਂ ਕੰਪਰੋਮਾਈਜ਼ ਕਰਕੇ ਕੋਈ ਸਿਲੈਕਸ਼ਨ ਕਰ ਲਓ। ਨਹੀਂ, ਇਹ ਬਹੁਤ ਵਧੀਆ ਜਿਹੜੀ ਤੁਹਾਡੇ ਵੱਲੋਂ ਆਵਾਜ਼ ਦਿੱਤੀ ਗਈ ਹੈ, ਇੱਕ ਹੋਕਾ ਦਿੱਤਾ ਗਿਆ ਕਿ ਜੇ ਸਰਬਸੰਮਤੀ ਨਾਲ ਇਲੈਕਸ਼ਨ ਜਿਹੜੀਆਂ ਹੋ ਜਾਣ ਤਾਂ ਇਹਦੇ ਵਰਗਾ ਕੋਈ ਹੋਰ ਰਸਤਾ ਹੀ ਨਹੀਂ ਹੈਗਾ। ਨਾਲੇ ਤਾਂ ਇੱਕ ਗੁਰੂ ਘਰ ਦੇ ਵਿੱਚ ਪਿਆਰ ਬਣਿਆ ਰਹਿੰਦਾ ਅਤੇ ਇੱਕ ਨਾਲੇ ਗੁਰੂ ਘਰ ਦੀ ਤਰੱਕੀ ਵਾਸਤੇ ਜਿਹੜਾ ਰਲ ਮਿਲ ਕੇ ਜਿਹੜਾ ਕੰਮ ਕੀਤਾ ਜਾਂਦਾ। ਅਤੇ ਚਰਮਨ ਦਾਸ ਜੀ, ਤੁਸੀਂ ਵੀ ਸਾਡੇ ਨਾਲ ਇਸ ਵੇਲੇ ਬੈਠੇ ਹੋਏ ਹੋ, ਗੁਰੂ ਘਰ ਦੀ ਜਿਹੜੀ ਸੇਵਾ ਹੈਗੀ ਹੈ ਇਸ ਦਾ ਇੱਕ ਪ੍ਰੋਸੈਸ ਬਣ ਚੁੱਕਾ ਹੈ, ਇਲੈਕਸ਼ਨ ਨਾ ਚਾਹੁੰਦੇ ਹੋਏ ਵੀ ਅੱਜ ਕੱਲ੍ਹ ਕਰਵਾਉਣੀ ਪੈਂਦੀ ਹੈ, ਪਰ ਜਿਸ ਤਰੀਕੇ ਦਾ ਤੁਸੀਂ ਟਰਾਂਸਪੇਰੈਂਟ ਸਿਸਟਮ ਜਿਹੜਾ ਅਡੋਪਟ ਕੀਤਾ ਹੈ, ਪਹਿਲਾਂ ਅਖਬਾਰਾਂ ਦੇ ਰਾਹੀਂ ਲੋਕਾਂ ਨੂੰ ਸੁਨੇਹਾ ਭੇਜੇ ਹੈ, ਹੁਣ ਟੀਵੀ ਸਟੇਸ਼ਨ ਦੇ ਉੱਤੇ ਆ ਕੇ ਖਾਸ ਤੌਰ 'ਤੇ ਲੋਕਾਂ ਨੂੰ ਸੁਨੇਹਾ ਦਿੱਤਾ ਜਾ ਰਿਹਾ, ਤੁਹਾਨੂੰ ਕੀ ਲੱਗਦਾ ਕਿ ਇਹਦੇ ਨਾਲ ਜਿਹੜਾ ਜਿਹੜੀ ਚੋਣ ਹੋਵੇਗੀ ਉਹਦੇ ਉੱਤੇ ਕੱਲ੍ਹ ਨੂੰ ਠੀਕ ਤਰੀਕੇ ਨਾਲ ਸਾਰਾ ਕੁਝ ਸਿਸਟਮ ਬੈਠੇਗਾ ਅਤੇ ਜਿਹੜਾ ਆਉਣ ਵਾਲਾ ਸਮਾਂ ਹੋਏਗਾ ਜਿਹਨੂੰ ਵੀ ਸੇਵਾ ਦਿੱਤੀ ਜਾਏਗੀ ਉਹਨੂੰ ਜਿਹੜਾ ਉਹ ਮੰਨ ਲੈਣਾ ਚਾਹੀਦਾ ਕਿ ਠੀਕ ਹੈ ਸੇਵਾ ਜਿਹੜੀ ਕਰੈਕਟ ਹੈਗੀ ਹੈ। ਮਨੀਸ਼ ਜੀ, ਸਾਡੀ ਤਾਂ ਜਦੋਂ ਆਏ ਹਾਂ ਅਸੀਂ, ਸਾਡੀ ਤਾਂ ਇਹੀ ਕੋਸ਼ਿਸ਼ ਰਹੀ ਆ ਕਿ ਗੁਰੂ ਘਰ ਲਈ ਵਧੀਆ ਤੋਂ ਵਧੀਆ ਕੰਮ ਕਰੀਏ ਜੀ। ਜਿਹੜੀ ਵੋਟਾਂ ਦੀ ਹੈ ਗੱਲ, ਅਸੀਂ ਉਹ ਇਸ ਕਰਕੇ ਪ੍ਰੋਸੈਸ ਬਣਾਇਆ ਕਿ ਕੱਲ੍ਹ ਨੂੰ ਫੋਰ ਐਗਜ਼ਾਮਪਲ ਕੋਈ ਵੀ ਬੰਦਾ ਆ ਜਾਏ, ਜਿਹੜੀਆਂ ਇਸ ਵੇਲੇ ਵੋਟਾਂ ਬਣਨਗੀਆਂ ਇੱਕ ਵਾਰੀ ਫਿਕਸ ਹੋ ਜਾਣਗੀਆਂ, ਉਹ ਤੋਂ ਅਗਲੀ ਵਾਰ ਨੂੰ ਜੋ ਵੀ ਵੋਟ ਬਣਾਉਣੀ ਆ ਉਹ ਨਾਲ ਐਡ ਕੀਤੀ ਜਾਵੇ, ਇਹਨੂੰ ਫਿਕਸ ਕਰ ਦਿੱਤਾ ਜਾਵੇ ਤਾਂ ਕਿ ਕੋਈ ਵੀ ਬੰਦਾ ਆਵੇ, ਕੋਈ ਵੀ ਕਮੇਟੀ ਆਵੇ, ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ। ਮਤਲਬ ਕਿ ਇਹ ਜਿਹੜਾ ਡਾਟਾ ਹੈਗਾ ਇਹਨੂੰ ਅੱਗੇ ਤੋਂ ਕੈਰੀ ਔਨ ਕੀਤਾ ਜਾਵੇ। ਨਹੀਂ, ਬੜਾ ਵਧੀਆ ਤਰੀਕਾ ਹੈਗਾ ਕਿ ਐਵੇਂ ਅਨਸੈਸਰੀ ਜਿਹੜਾ ਟਾਈਮ ਵੇਸਟ ਕਰਨ ਦੇ ਨਾਲੋਂ। ਹਾਂਜੀ, ਇਹ 2 ਸਾਲ ਬਾਅਦ ਦੀ ਜਿਹੜੀ ਅਸੀਂ ਮੈਂਬਰਸ਼ਿਪ ਲੈਂਦੇ ਹਾਂ ਉਹ ਖਤਮ ਹੋ ਜਾਏਗੀ, ਜਿਹੜੇ ਨਵੇਂ ਬੰਦੇ ਆਣਗੇ ਉਹ ਐਡ ਕੀਤੇ ਜਾਣਗੇ। ਓਕੇ ਜੀ, ਬਿਲਕੁਲ, ਇਹ ਆਪਣੇ ਆਪ 'ਚ ਜਿਹੜਾ ਬੜਾ ਵਧੀਆ ਉਪਰਾਲਾ ਹੈਗਾ। ਸੋ ਇਹਦੇ 'ਚ ਮਾਹੀ ਜੀ ਇੱਕ ਹੋਰ ਜਿਹੜਾ ਸਵਾਲ ਉੱਠਦਾ ਕਿ ਐਤਕੀ ਜਦੋਂ ਨੈਚੁਰਲੀ ਤੁਸੀਂ ਇਲੈਕਸ਼ਨ ਦੇ ਵਿੱਚ ਜਾ ਰਹੇ ਹੋ ਅਤੇ ਐਤਕੀ ਕੋਈ ਸੰਗਤਾਂ ਦੇ ਨਾਲ ਤੁਸੀਂ ਦੱਸ ਰਹੇ ਹੋ ਕਿ ਕੀ ਹੋਰ ਕੰਮ ਜਿਹੜੇ ਨੇ ਉਹ ਕਰਨ ਵਾਲੇ ਨੇ ਜਾਂ ਕਿਸ ਤਰੀਕੇ ਨਾਲ ਜਿਹੜਾ ਤੁਸੀਂ ਹੋਰ ਵਧੀਆ ਜਿਹੜੇ ਸੁਚਾਰੂ ਤਰੀਕੇ ਨਾਲ ਜਿਹੜਾ ਪ੍ਰਬੰਧ ਕਰੋਗੇ? ਹਾਂਜੀ ਮਨੀਸ਼ ਜੀ, ਪਹਿਲਾਂ ਤਾਂ ਜਿਹੜੇ ਅਤੇ ਸਾਡੀ ਕਮੇਟੀ ਨੇ ਕੰਮ ਕੀਤੇ ਆ ਉਹ ਜੀ ਉਹ ਦੱਸ ਦਈਏ, ਅਤੇ ਜਦੋਂ ਅਸੀਂ ਆਏ ਸੀਗੇ ਗੁਰੂ ਘਰ ਦੀ ਲੰਗਰ ਦੀ ਲੰਗਰ ਹਾਲ ਦੀ ਸੀਲਿੰਗ ਜੋ ਕਿ 4-5 ਸਾਲ ਤੋਂ ਵੈਸੇ ਹੀ ਸੀ, ਅਸੀਂ ਉਹ ਪੂਰੀ ਕਰਵਾਈ ਜੀ। ਉਸ ਤੋਂ ਬਾਅਦ ਗੁਰੂ ਘਰ ਦਾ ਫੇਸ ਅਤੇ ਜੋ ਵੀ ਉਹਦਾ ਫਰੰਟ ਸੀਗਾ ਉਹ ਇੱਕ ਘਰ ਦੀ ਤਰ੍ਹਾਂ ਇੱਕ ਬਿਲਡਿੰਗ ਦੀ ਤਰ੍ਹਾਂ ਤਿਉਹਾਂ ਲੱਗ ਰਿਹਾ ਸੀ। ਅਸੀਂ ਉਹਨੂੰ ਇੱਕ ਦਿੱਖ ਦਿੱਤੀ ਕਿ ਉਹ ਅਤੇ ਹਰ ਇੱਕ ਨੂੰ ਗੁਰੂ ਘਰ ਲੱਗੇ ਜੀ, ਵੀ ਹਰ ਇੱਕ ਨੂੰ ਫੀਲ ਹੋਵੇ ਵੀ ਅਸੀਂ ਗੁਰੂ ਘਰ ਆ ਰਹੇ ਹਾਂ, ਕਿਸੇ ਫੈਕਟਰੀ 'ਚ ਐਂਟਰ ਨਹੀਂ ਹੋ ਰਹੇ, ਕਿਸੇ ਘਰ 'ਚ ਐਂਟਰ ਨਹੀਂ ਹੋ ਰਹੇ ਜੀ। ਅਤੇ ਬਾਕੀ ਤਾਂ ਗੁਰੂ ਘਰ ਦਾ ਸੀਓ ਦਾ ਕੰਮ ਜਿਹੜਾ 2011 ਤੋਂ ਲੈ ਕੇ ਅਟਕਿਆ ਪਿਆ ਸੀ, ਕਿਸੇ ਨੇ ਵੀ ਅਤੇ ਉਹਦੇ ਵੱਲ ਕੋਈ ਤਵੱਜੋ ਨਹੀਂ ਦਿੱਤੀ, ਗੁਰੂ ਘਰ 'ਤੇ ਟੈਕਸ ਪੈ ਰਿਹਾ ਸੀ, ਕੀ ਹੋ ਰਿਹਾ ਸੀ ਇਹ, ਅਸੀਂ ਕਿਸੇ 'ਤੇ ਇਲਜ਼ਾਮ ਨਹੀਂ ਕੋਈ ਲਾਉਂਦੇ ਵੀ ਉਹਨੇ ਨਹੀਂ ਕੀਤਾ ਜਾਂ ਇਹ ਨਹੀਂ ਕੀਤਾ, ਉਹਦੀ ਆਪਣੀ ਮਜਬੂਰੀ ਹੋ ਗਈ ਅਤੇ ਠੀਕ ਹੈ। ਪਰ ਜਾਣੀ ਕਿ ਅਸੀਂ ਉਹ ਸੀਓ ਦੇ 95% ਕਲੋਜ਼ ਆ ਚੁੱਕੇ ਹਾਂ। ਓਕੇ, ਅਤੇ ਹੁਣ ਜਾਣੀ ਕਿ ਸਾਡੀਆਂ ਬਿਜਲੀ ਦੀਆਂ ਇੰਸਪੈਕਸ਼ਨ, ਪਲੰਬਿੰਗ ਇੰਸਪੈਕਸ਼ਨ, ਸਪਰਿੰਕਲ ਇੰਸਪੈਕਸ਼ਨ ਉਹ ਪਾਸ ਹੋ ਚੁੱਕੀਆਂ ਅਸੀਂ, ਅਤੇ ਹੁਣ ਅਤੇ ਜਨਰਲ ਕੰਸਟਰਕਸ਼ਨ ਅਤੇ ਜੋ ਕਿ ਫਾਈਨਲ ਹੁੰਦੀ ਆ ਉਹਦੀ ਡੇਟ ਲੈਣੀ ਆ, ਅਤੇ ਇਸ ਕਰਕੇ ਅਸੀਂ ਉਹਦੀ ਡੇਟ ਦੀ ਵੇਟ ਕਰ ਰਹੇ, ਜਦੋਂ ਵੀ ਡੇਟ ਆ ਗਈ ਤਾਂ ਉਹ ਵੀ ਲੈ ਕੇ ਗੁਰੂ ਘਰ ਦਾ ਸੀਓ ਲੈ ਲਿਆ ਜਾਵੇਗਾ। ਅਤੇ ਆਉਣ ਵਾਲੇ ਟਾਈਮ ਵਿੱਚ ਸੀਓ ਲੈਣ ਤੋਂ ਬਾਅਦ ਗੁਰੂ ਘਰ ਦੀ ਸਾਰੀ ਆਪਾਂ ਆਪਣੀ ਮਨ ਚਾਹੀ ਢੰਗ ਨਾਲ ਵੀ ਕਰ ਸਕਦੇ ਹਾਂ। ਨਹੀਂ, ਬਹੁਤ ਵਧੀਆ ਉਪਰਾਲਾ ਹੈਗਾ ਕਿ ਗੁਰੂ ਘਰ ਦੀ ਜਿਹੜੀ ਹੈ ਤਰੱਕੀ ਵਾਸਤੇ ਅਤੇ ਰਿਕੁਆਇਰਮੈਂਟ ਦੇ ਹਿਸਾਬ ਨਾਲ, ਕਿਉਂਕਿ ਜਦੋਂ ਜਦੋਂ ਸਮਾਂ ਨਿਕਲਦਾ ਸੰਗਤ ਦੇ ਵਿੱਚ ਵਾਧਾ ਹੁੰਦਾ ਅਤੇ ਬਿਲਡਿੰਗ ਦੇ ਵਿੱਚ ਸੁਧਾਰ ਵੀ ਜਿਹੜੇ ਉਹ ਕਰਨੇ ਪੈਂਦੇ ਨੇ। ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੱਸਿਆ ਕਿ ਉਹ 'ਚ ਜਿਹੜਾ ਤੁਹਾਡੇ ਨਾਲੋਂ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਸੋ ਇਹ ਜਿਹੜੀ ਮੈਂ ਬੈਕ ਉਹ ਪ੍ਰੋਸੈਸ ਦੇ ਉੱਤੇ ਇਲੈਕਸ਼ਨ ਦੇ ਉੱਤੇ ਵਾਪਸ ਆਉਣਾ ਚਾਹੁੰਦਾ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਵੇਲੇ ਜਿਹੜੀਆਂ ਸੰਗਤਾਂ ਹੈਗੀਆਂ ਨੇ ਗੁਰੂ ਘਰ ਨਾਲ ਜੁੜੀਆਂ ਉਹ ਹੋਰ ਇਨਫੋਰਮੇਸ਼ਨ ਜਿਹੜਾ ਉਹ ਚਾਹੁੰਦੀਆਂ ਹੈਗੀਆਂ ਨੇ। ਸੋ ਇਹਦੇ 'ਚ ਜਿਹੜੀ ਮੈਂਬਰਸ਼ਿਪ ਦੀ ਅਗਰ ਆਪਾਂ ਗੱਲ ਕਰ ਰਹੇ ਹਾਂ, ਜਿਹੜਾ ਇਹ ਢਾਂਚਾਬੱਧ ਤਰੀਕੇ ਨਾਲ ਤੁਸੀਂ ਇਹਨੂੰ ਲੈ ਕੇ ਆ ਰਹੇ ਹੋ ਜੀ, ਸੋ ਇਹ ਜਿਹੜਾ ਬਲਵੀਰ ਚੌਹਾਨ ਜੀ ਤੁਹਾਡੇ ਕੋਲ ਸਵਾਲ ਹੈਗਾ,
ਇਹਦੇ ਨਾਲ ਜਿਹੜਾ ਪ੍ਰੋਸੈਸਿੰਗ ਦੇ ਵਿੱਚ ਜਿਹੜਾ ਹੈਗਾ ਜਦੋਂ ਤੁਸੀਂ ਜਨਵਰੀ ਦੇ ਵਿੱਚ ਇਲੈਕਸ਼ਨ 'ਚ ਲੈ ਕੇ ਜਾਓਗੇ ਤਾਂ ਇਹਦੇ 'ਚ ਜਿਹੜੀਆਂ ਦੋਵਾਂ ਕਮੇਟੀਆਂ ਨੂੰ ਜਿਹੜਾ ਇਹ ਮੰਨਣਾ ਪਵੇਗਾ ਕਿ ਇਹ ਜਿਹੜੀ ਤੁਸੀਂ ਮੈਂਬਰਸ਼ਿਪ ਲਈ ਹੈ ਉਹ ਕਰੈਕਟ ਮੈਂਬਰਸ਼ਿਪ ਹੈਗੀ ਹੈ ਅਤੇ ਉਹਨਾਂ ਨੂੰ ਜਿਹੜਾ ਇਹਦੇ ਨਾਲ ਭੁਗਤਣਾ ਪਵੇਗਾ। ਜੀ ਹਾਂ ਮਨੀਸ਼ ਜੀ, ਬਹੁਤ ਸੋਹਣਾ ਕੁਐਸਚਨ ਆ, ਕਿਉਂਕਿ ਜਿੰਨੀਆਂ ਵੀ ਗੁਰੂ ਘਰਾਂ ਦੀਆਂ ਸੰਸਥਾਵਾਂ ਹਨ ਜਾਂ ਪ੍ਰਾਈਵੇਟ ਸੰਸਥਾਵਾਂ ਹੋਣ, ਉਹ ਹਰ ਇੱਕ ਸੰਸਥਾ ਜਿਹੜੀ ਆਪਣੇ ਆਪਣੇ ਕਾਨਸਟੀਟਿਊਸ਼ਨ ਦੇ ਮੁਤਾਬਕ ਸੰਸਥਾਵਾਂ ਨੂੰ ਚਲਾਉਂਦੀ ਹੈ। ਇਸੇ ਤਰ੍ਹਾਂ ਇਸ ਸ਼੍ਰੀ ਗੁਰੂਦਾਸ ਟੈਂਪਲ ਦੀ ਜੋ ਸੰਸਥਾ ਹੈ, ਜਿਹੜਾ ਉਹਦਾ ਕਾਨਸਟੀਟਿਊਸ਼ਨ ਹੈ, ਉਹ ਜਦੋਂ ਤੋਂ ਵੀ ਗੁਰੂ ਘਰ ਹੋਂਦ ਵਿੱਚ ਆਇਆ ਉਸ ਤੋਂ ਹੀ ਉਸ ਕਾਨਸਟੀਟਿਊਸ਼ਨ ਦੇ ਮੁਤਾਬਕ ਹੀ ਇਸ ਦੀ ਮੈਂਬਰਸ਼ਿਪ ਅਸੈਪਟ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਹੁਣ ਵੀ ਇਸੇ ਕਾਨਸਟੀਟਿਊਸ਼ਨ ਦੇ ਮੁਤਾਬਕ, ਅਸੀਂ ਉਹਦੇ ਵਿੱਚ ਕੋਈ ਚੇਂਜਿੰਗ ਨਹੀਂ ਕੀਤੀ, ਪਹਿਲਾਂ ਹੀ ਕਾਨਸਟੀਟਿਊਸ਼ਨ ਨੂੰ ਫੋਲੋ ਕਰਦੇ ਹੋਏ ਉਹਦੇ ਮੁਤਾਬਕ ਹੀ ਅਸੀਂ ਇਸ ਮੈਂਬਰਸ਼ਿਪ ਨੂੰ ਖੋਲ੍ਹਿਆ। ਜਿਹੜਾ ਵੀ ਮੈਂਬਰ ਇਸ ਰਿਕੁਆਇਰਮੈਂਟ ਨੂੰ ਪੂਰੀ ਕਰਦਾ ਹੋਵੇ ਅਕੋਰਡਿੰਗ ਟੂ ਕਾਨਸਟੀਟਿਊਸ਼ਨ, ਸਭਾ ਦੇ ਕਾਨਸਟੀਟਿਊਸ਼ਨ ਦੇ ਮੁਤਾਬਕ ਉਸ ਦੀ ਹੀ ਮੈਂਬਰਸ਼ਿਪ ਅਸੈਪਟ ਕੀਤੀ ਜਾਵੇਗੀ। ਜਿਹੜੀ ਮੈਂਬਰਸ਼ਿਪ 'ਤੇ ਤੁਸੀਂ ਗੱਲ ਕਰ ਰਹੇ ਹੋ, ਹੁਣ ਕੋਈ ਮੈਂਬਰ ਜਿਹੜਾ ਬਣਨੂੰ ਆਉਣਾ ਚਾਹੁੰਦਾ, ਫਸਟ ਟਾਈਮ ਮੈਂਬਰ ਬਣਨਾ ਚਾਹੁੰਦਾ, ਤੁਹਾਨੂੰ ਕਿਹੜੀ ਕਿਹੜੀ ਚੀਜ਼ ਜਿਹੜੀ ਉਹ ਲੈ ਕੇ ਤੁਹਾਨੂੰ ਅਪਰੋਚ ਕਰਨਾ ਪਵੇਗਾ ਕਿ ਮੈਂ ਮੈਂਬਰਸ਼ਿਪ ਲੈਣਾ ਚਾਹੁੰਦਾ, ਕੀ ਲੈ ਕੇ ਆਉਣਾ ਪਵੇਗਾ ਉਹਨੂੰ? ਉਹਨੂੰ ਸਿਰਫ ਆਪਣੀ ਆਈ ਡੀ ਲੈ ਕੇ ਆਉਣੀ ਪਏਗੀ, ਔਰ ਫਸਟ ਵਨ ਜਦੋਂ ਮੈਂਬਰਸ਼ਿਪ ਫਿਲਅਪ ਕਰੇਗਾ ਉਹ ਫਾਰਮ ਦੇ ਉੱਤੇ ਸਪੈਸ਼ਲ 3-4 ਕੋਲਮ ਜਿਹੜਾ ਹੈ ਲਾਈਨ ਪੰਜਾਬੀ ਔਰ ਇੰਗਲਿਸ਼ ਦੇ ਵਿੱਚ ਦਿੱਤੀ ਹੋਈ ਆ, ਉਹ ਅੰਡਰਸਟੈਂਡ ਉਹ ਕਰਦਾ ਹੋਵੇ ਕਿ ਮੈਂ ਬਿਲੋਂਗ ਟੂ ਆ ਧਾਰਮਿਕ ਚਮਾਰ ਨੂੰ ਦਾ ਸਨ ਐਂਡ ਡੋਟਰ ਹਾਂ ਔਰ ਇਸ ਕਮਿਊਨਿਟੀ ਨੂੰ ਬਿਲੋਂਗ ਕਰਦਾ, ਉਹ ਮੈਂਬਰਸ਼ਿਪ ਲੈ ਸਕਦਾ, ਦੂਸਰਾ ਨਹੀਂ ਲੈ ਸਕਦਾ। ਪਰ ਇੱਥੇ ਇੱਕ ਕੁਐਸਚਨ ਪੈਦਾ ਹੁੰਦਾ ਕਿ ਗੁਰੂ ਘਰ ਤਾਂ ਸਭ ਦੇ ਲਈ ਆ, ਕਿਉਂਕਿ ਗੁਰੂ ਘਰ ਜ਼ਰੂਰ ਸਭ ਦੇ ਲਈ ਆ, ਲੇਕਿਨ ਇਹ ਸੰਸਥਾ ਦਾ ਕਾਨਸਟੀਟਿਊਸ਼ਨ ਜਿਹੜਾ ਪਹਿਲਾਂ ਤੋਂ ਬਣਿਆ ਹੋਇਆ ਅਸੀਂ ਉਸ ਨੂੰ ਫੋਲੋ ਕਰਦੇ ਹਾਂ। ਅਸੀਂ ਗੁਰੂ ਘਰ ਦੇ ਵਿੱਚ ਨਾ ਤਾਂ ਕਿਸੇ ਨੂੰ ਡੱਕ ਸਕਦੇ ਹਾਂ ਆਉਣ ਤੋਂ, ਨਾ ਹੀ ਡੱਕਾਂਗੇ ਔਰ ਨਾ ਹੀ ਡੱਕਿਆ। ਗੁਰੂ ਘਰ ਹਰ ਇੱਕ ਦੇ ਲਈ ਖੁੱਲ੍ਹਾ ਆ 24 ਘੰਟੇ। ਸੋ ਜਿਹੜਾ ਕਾਨਸਟੀਟਿਊਸ਼ਨ ਦੇ ਮੁਤਾਬਕ ਇਲੈਕਸ਼ਨ ਹੋ ਰਹੀ ਆ, ਮੈਂਬਰਸ਼ਿਪ ਹੋ ਰਹੀ ਆ, ਉਹ ਅਸੀਂ ਕਾਨਸਟੀਟਿਊਸ਼ਨ ਨੂੰ ਮਸਟ ਫੋਲੋ ਕਰਦੇ ਹਾਂ ਔਰ ਪਹਿਲਾਂ ਤੋਂ ਫੋਲੋ ਕਰਦੀਆਂ ਆਈਆਂ ਕਮੇਟੀਆਂ, ਔਰ ਅਸੀਂ ਵੀ ਉਸ ਦੇ ਮੁਤਾਬਕ ਉਹਨੂੰ ਫੋਲੋ ਕਰਕੇ ਮੈਂਬਰਸ਼ਿਪ ਲੈ ਰਹੇ ਹਾਂ। ਬਿਲਕੁਲ, ਇਹ ਬੜਾ ਵਧੀਆ ਕਲੀਅਰ ਜਿਹੜਾ ਮੈਸੇਜ ਹੈਗਾ ਕਿ ਗੁਰੂ ਘਰ ਦੀ ਸੇਵਾ ਵਾਸਤੇ ਕੋਈ ਵੀ ਆ ਸਕਦਾ, ਦਰਸ਼ਨ ਦੀਦਾਰ ਵਾਸਤੇ ਆ ਸਕਦਾ, ਲੇਕਿਨ ਚੋਣ ਪ੍ਰੋਸੈਸ ਜਿਹੜਾ ਹੈਗਾ ਉਹ ਬੜਾ ਲਿਮਿਟਡ ਹੈਗਾ, ਉਹਦੀ ਲਾਈਨ ਕਿਸੇ ਨੂੰ ਕ੍ਰੋਸ ਕਰਨ ਦੀ ਜਿਹੜੀ ਉਹ ਆਗਿਆ ਨਹੀਂ ਦਿੱਤੀ ਜਾਵੇਗੀ। ਸੋ ਜਿਹੜਾ ਵੀ ਇਸ ਕੰਸਟੀਟਿਊਸ਼ਨ ਦੇ ਨਾਲ ਜਿਹੜਾ ਉਹ ਬਿਲਕੁਲ ਉਹਦੇ ਅਧੀਨ ਆਉਂਦਾ ਹੈ, ਉਹ ਜਿਹੜਾ ਇਸ ਦੇ ਵਿੱਚ ਮੈਂਬਰਸ਼ਿਪ ਆ ਕੇ ਲੈ ਸਕਦਾ ਅਤੇ ਆਪਣੇ ਆਪ ਨੂੰ ਅੱਗੇ ਪਾਰਟਿਸਪੇਟ ਜਿਤਨਾ ਵੀ ਉਹ ਕਰਨਾ ਚਾਹੇ ਉਹ ਕਰ ਸਕਦਾ। ਸੋ ਇਹਦੇ 'ਚ ਜਿਹੜਾ ਆਪਾਂ ਵੇਖਦੇ ਆ ਰਹੇ ਕਿ ਪਹਿਲੀ ਵਾਰ ਇਲੈਕਸ਼ਨ ਨਹੀਂ ਹੈਗੀ, ਜਸ ਪੰਜਾਬੀ ਨੇ ਤੁਹਾਡੀਆਂ ਪੁਰਾਣੀਆਂ ਇਲੈਕਸ਼ਨਾਂ ਦੇ ਵਿੱਚ ਵੀ ਤੁਹਾਡੇ ਨਾਲ ਬਹੁਤ ਵਾਰੀ ਜਿਹੜਾ ਵਿਚਾਰ ਸਾਂਝੇ ਕੀਤੇ ਨੇ। ਸੋ ਇਹ ਜਿਹੜਾ ਪੂਰੇ ਦਾ ਪੂਰਾ ਸਿਸਟਮ ਹੈਗਾ, ਇਹ ਤੁਹਾਨੂੰ ਕਿਸ ਤਰੀਕੇ ਨਾਲ ਐਤਕੀ ਆਇਆ ਕਿ ਆਪਾਂ ਇਹਦੀ ਮੈਂਬਰਸ਼ਿਪ ਪੂਰੀ ਖੋਲ੍ਹ ਕੇ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਹਰ ਇੱਕ ਨੂੰ ਜਿਹੜਾ ਸੁਨੇਹਾ ਦੇ ਦਈਏ ਕਿ ਕੱਲ੍ਹ ਕੋਈ ਇਤਰਾਜ਼ ਨਾ ਕਰੇ ਜੀ ਮੈਨੂੰ ਤਾਂ ਪਤਾ ਨਹੀਂ ਲੱਗਾ, ਇਹ ਕਿੱਥੋਂ ਤੁਸੀਂ ਸੋਚਿਆ ਆਪਣੇ? ਇਹਦੇ ਵਾਸਤੇ ਲਾਸਟ ਇਲੈਕਸ਼ਨਾਂ ਦੇ ਵਿੱਚ ਕਾਫੀ ਟਾਈਮ ਪ੍ਰੋਬਲਮਸ ਆਈਆਂ ਜੀ, ਕਿਉਂਕਿ ਅਸੀਂ ਇਸ ਗੁਰੂ ਘਰ ਦੇ ਵਿੱਚ ਇਹ ਨਹੀਂ ਚਾਹੁੰਦੇ ਕਿ ਕੋਈ ਲੜਾਈ ਝਗੜਾ ਹੋਵੇ, ਕੋਈ ਵਾਦ ਵਿਵਾਦ ਆ ਕੇ ਖੜੇ ਵੀ ਮੇਰੀ ਵੋਟ ਕਿਉਂ ਨਹੀਂ ਬਣਾਈ। ਔਰ ਉਹ ਮੈਂ ਪਹਿਲਾਂ ਹੀ ਐਕਸਪਲੇਨ ਕਰ ਚੁੱਕਾ ਕਿ ਮੈਂਬਰਸ਼ਿਪ ਜਿਹੜੀ ਆ ਅਕੋਰਡਿੰਗ ਟੂ ਕਾਨਸਟੀਟਿਊਸ਼ਨ ਦੇ ਮੁਤਾਬਕ ਹੀ ਹੋਣੀ ਆ, ਕਿਉਂਕਿ ਸਾਰੇ ਗੁਰੂ ਘਰ ਆਪਣੇ ਆਪਣੀ ਸੰਸਥਾਵਾਂ ਆਪਣੇ ਆਪਣੇ ਕਾਨਸਟੀਟਿਊਸ਼ਨ ਦੇ ਮੁਤਾਬਕ ਚਲਾ ਰਹੇ ਆ। ਇਸ ਕਰਕੇ ਅਸੀਂ ਪਹਿਲਾਂ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਗੁਰੂ ਘਰ ਦੇ ਵਿੱਚ ਮੈਂਬਰਸ਼ਿਪ ਉਹੀ ਲੈ ਸਕਦਾ ਜਿਹੜਾ ਬੰਦਾ ਇਸ ਐਲੀਜੀਬਲ ਨੂੰ ਪੂਰਾ ਕਰਦਾ ਹੋਵੇ, ਕੌਲਮ ਨੂੰ ਪੂਰਾ ਕਰਦਾ ਹੋਵੇ। ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸ਼ਾਂਤਮਈ ਦੇ ਨਾਲ ਜਿਹੜੀ ਇਹ ਇਲੈਕਸ਼ਨ ਜਾਂ ਸਿਲੈਕਸ਼ਨ ਹੋਵੇ, ਕੋਈ ਵਾਦ ਵਿਵਾਦ ਨਾ ਹੋਵੇ। ਬਿਲਕੁਲ, ਆਪਣੇ ਆਪ 'ਚ ਜਿਹੜਾ ਸਭ ਤੋਂ ਵੱਡਾ ਸੁਨੇਹਾ ਹੈਗਾ ਕਿ ਸ਼ਾਂਤਮਈ ਤਰੀਕੇ ਦੇ ਨਾਲ ਇਲੈਕਸ਼ਨ ਚਾਹੁੰਦੇ ਹਾਂ, ਅਸੀਂ ਸੇਵਾ ਚਾਹੁੰਦੇ ਹਾਂ ਗੁਰੂ ਘਰ ਦੀ, ਨਾ ਕਿ ਉੱਥੇ ਕਿਸੇ ਤਰੀਕੇ ਦੀ ਕਾਨੂੰਨੀ ਲੜਾਈ ਜਾਂ ਕਿਸੇ ਤਰੀਕੇ ਦਾ ਹੋਰ ਹੋਵੇ। ਚਰਮਨ ਦਾਸ ਜੀ, ਇਹਦੇ 'ਚ ਇੱਕ ਹੋਰ ਜਿਹੜਾ ਸਵਾਲ ਉੱਠਦਾ, ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਕਿ ਸੁਚਾਰੂ ਤਰੀਕੇ ਨਾਲ ਬੜੇ ਵਧੀਆ ਤਰੀਕੇ ਨਾਲ ਅਸੀਂ ਚਾਹੁੰਦੇ ਕਿ ਚੋਣ ਜਿਹੜੀ ਹੋਵੇ ਗੁਰੂ ਘਰ ਦੀ ਸੰਗਤ ਜਿਹੜੀ ਹੈ ਜਿਹਨੂੰ ਸੇਵਾ ਬਖਸ਼ਣਾ ਚਾਹੇ ਉਹ ਬਖਸ਼ ਦੇਵੇ। ਸੋ ਜੇ ਇਸ ਤਰ੍ਹਾਂ ਦੇ ਉਪਰਾਲੇ ਹਰੇਕ ਕਮੇਟੀ ਕਰੇ ਅਤੇ ਅਗਾਂਹ ਵਧੂ ਆ ਕੇ ਜਿਹੜਾ ਉਹ ਉੱਪਰ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਨੇ ਲੇਟੈਸਟ ਟੈਕਨੋਲੋਜੀ ਦੀ ਮੈਂਬਰਸ਼ਿਪ ਜਿਹੜੀ ਦੇ ਕੇ, ਅਤੇ ਤੁਹਾਨੂੰ ਕੀ ਲੱਗਦਾ ਕਿ ਫਿਰ ਆਪਣੇ ਵਿਵਾਦ ਜਿਹੜੇ ਹੈਗੇ ਨੇ ਉਹ ਖਤਮ ਹੋ ਸਕਦੇ ਨੇ ਇਸੇ ਤਰੀਕੇ? ਦੇਖੋ ਜੀ, 100% ਤਾਂ ਕੋਈ ਗੱਲ ਨਹੀਂ ਕਹਿ ਸਕਦੇ ਜੀ, ਲੇਕਿਨ ਇੰਨੀ ਜ਼ਰੂਰ ਗੱਲ ਹੈਗੀ ਹੈ ਕਿ ਅਗਰ ਸੱਚੇ ਤਰੀਕੇ ਨਾਲ ਤੁਸੀਂ ਕੋਈ ਵੀ ਕੰਮ ਕਰੋਗੇ ਜੀ, ਤਾਂ ਤੁਹਾਡੇ ਵੱਲ ਉਂਗਲੀ ਕੋਈ ਨਹੀਂ ਉਠਾਏਗਾ ਜੀ। ਸਾਡਾ ਉਪਰਾਲਾ ਇਹੀ ਆ, ਜੋ ਕੰਸਟੀਟਿਊਸ਼ਨ ਹੈ ਅਤੇ ਪਲੱਸ ਜੋ ਸਾਡਾ ਆਪਣਾ ਫਾਰਮ ਹੈ, ਉਹ ਜੋ ਪਹਿਲਾਂ ਦਾ ਰਜਿਸਟਰਡ ਹੋਏ ਆ ਔਰ ਜਿਹੜਾ ਆਪਣੀ ਕਮੇਟੀ ਨੇ ਸਾਰਾ ਕੁਛ ਫਾਈਨਲ ਹੋਏ ਆ, ਅਸੀਂ ਉਹਦੇ ਮੁਤਾਬਕ ਹੀ ਸਾਰਾ ਕੁਛ ਕਰਾ ਰਹੇ ਹਾਂ, ਤਾਂ ਕਿ ਕਿਸੇ ਬੰਦੇ ਨੂੰ ਵੀ ਕੋਈ ਵੀ ਕੋਈ ਰੰਜਿਸ਼ ਨਾ ਹੋਵੇ, ਕੋਈ ਗੁੱਸਾ ਨਾ ਹੋਵੇ ਵੀ ਤੁਸੀਂ ਇਹ ਆਹ ਚੇਂਜ ਕਰ ਦਿੱਤਾ ਜਾਂ ਉਹ ਕਰ ਦਿੱਤਾ। ਇਸ ਕਰਕੇ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਵਧੀਆ ਤੋਂ ਵਧੀਆ ਤਰੀਕੇ ਨਾਲ ਅੱਗੇ ਵੀ ਇਹੀ ਹੋਵੇ। ਔਰ ਇੱਕ ਹੋਰ ਵੀ ਗੱਲ ਹੈਗੀ ਆ, ਜਿਹੜੇ ਬੰਦੇ ਹੋਰ ਵੀ ਦੋਸਤ ਸਾਡੇ ਦੋਸਤ ਹੈਗੇ ਆ, ਕੋਈ ਵੀ ਇਹ ਚਾਹੁੰਦਾ ਵੀ ਨਹੀਂ ਅਸੀਂ ਕਰਨਾ, ਅਸੀਂ ਤਾਂ ਇਹ ਚਾਹੁੰਦੇ ਵੀ ਸਾਡੇ ਨਾਲ ਆ ਕੇ ਗੱਲ ਕਰੋ,
ਸਾਡੇ ਨਾਲ ਬਹਿ ਕੇ ਗੱਲ ਕਰੋ। ਕੋਈ ਕਮੇਟੀ ਬਣਾਉਣ ਦੀ ਜ਼ਰੂਰਤ ਤਾਂ ਹੀ ਨਹੀਂ, ਮਤਲਬ ਇਲੈਕਸ਼ਨ ਕਰਾਉਣ ਦੀ ਜ਼ਰੂਰਤ ਹੀ ਨਾ ਪਵੇ। ਸਾਡੇ ਨਾਲ ਬਹਿ ਕੇ ਗੱਲ ਕਰੋ, ਜਿੱਦਾਂ ਵੀ ਚਾਹੁੰਦੇ ਆ ਅਸੀਂ ਉਸ ਤਰ੍ਹਾਂ ਕਰਨੇ ਨੂੰ ਤਿਆਰ ਹੈ। ਸਾਡੀ ਕਮੇਟੀ ਮਤਲਬ 100% ਜਿੱਦਾਂ ਵੀ ਹੋ ਸਕਦਾ ਉੱਦਾਂ ਕਰਨੇ ਨੂੰ ਤਿਆਰ। ਬਿਲਕੁਲ ਮਾਹੀ ਜੀ, ਜਿਸ ਤਰ੍ਹਾਂ ਰਤੂ ਜੀ ਨੇ ਬੜਾ ਵਧੀਆ ਕਿਹਾ ਕਿ ਅਸੀਂ ਖੁੱਲ੍ਹਾ ਸੱਦਾ ਦਿੰਦੇ ਹਾਂ ਕਿ ਆਓ ਟੇਬਲ ਦੇ ਉੱਤੇ ਬੈਠੀਏ ਅਤੇ ਰਲ ਕੇ ਜਿਹੜਾ ਆਪਾਂ ਗੁਰੂ ਘਰ ਦੇ ਪ੍ਰਬੰਧ ਨੂੰ ਜਿਹੜਾ ਸੁਚਾਰੂ ਤਰੀਕੇ ਨਾਲ ਚਲਾਈਏ। ਸੋ ਜਦੋਂ ਤੁਸੀਂ ਇਹ ਸੁਨੇਹਾ ਜਿਹੜਾ ਉਹ ਤੁਸੀਂ ਪਹਿਲਾਂ ਵੀ ਆਪਣੇ ਬਿਆਨ 'ਚ ਕਿਹਾ ਕਿ ਅਸੀਂ ਇਲੈਕਸ਼ਨ ਤੋਂ ਪਹਿਲਾਂ ਵੀ ਕਹਿੰਦੇ ਕਿ ਪਹਿਲੇ ਦਿਨ ਹੀ ਆ ਜਾਓ ਅਤੇ ਅਸੀਂ ਜਿਹੜਾ ਰਲ ਕੇ ਜਿਹੜੀ ਗੱਲ ਕਰ ਲਈਏ, ਅਤੇ ਇਹ ਜਿਹੜਾ ਸੁਨੇਹੇ ਨੂੰ ਤੁਹਾਨੂੰ ਪੋਜ਼ਿਟਿਵ ਗਾੜੀਓਂ ਕਹੇ ਨੇ, ਫੁੱਲ ਚੜ੍ਹਾਏ ਨੇ, ਕਈ ਚੰਗੇ ਸੰਕੇਤ ਗਾੜੀਓਂ ਆਏ ਵੀ ਹੈ? ਇਹ ਮਨੀਸ਼ ਜੀ, ਇਸ ਸੁਨੇਹੇ ਨੂੰ ਅਤੇ ਸਾਨੂੰ ਕਰਦਿਆਂ ਮੀਟਿੰਗ ਕਰਦਿਆਂ ਨੂੰ ਕਾਫੀ ਟਾਈਮ ਹੋ ਗਿਆ, ਮੇਰਾ ਖਿਆਲ 1.5 ਸਾਲ ਹੋ ਗਿਆ ਜੀ। ਅਤੇ ਜਦੋਂ ਤੋਂ ਅਸੀਂ ਹੁਣ ਇੱਥੇ ਆਏ ਸੀ ਨਾ ਕਮੇਟੀ 'ਚ, ਉਦੋਂ ਤੋਂ ਹੀ ਕੋਸ਼ਿਸ਼ਾਂ ਸਟਾਰਟ ਕਰਤੀਆਂ ਸੀ ਵੀ ਕਿਸ ਤਰ੍ਹਾਂ ਵੀ ਅਗਲੀ ਇਲੈਕਸ਼ਨ 'ਤੇ ਗੁਰੂ ਘਰ 'ਤੇ ਇਸ ਚੀਜ਼ ਦਾ ਭਾਰ ਨਾ ਪਵੇ। ਇਹ ਅਤੇ ਉਹ ਅਸੀਂ ਹੁਣ ਤੱਕ ਕੋਸ਼ਿਸ਼ ਕਰਦੇ ਆ ਰਹੇ ਹਾਂ ਅਤੇ ਕਾਫੀ ਮੇਰੇ ਵੀਰਾਂ ਨਾਲ ਮੀਟਿੰਗਾਂ ਹੋਈਆਂ, ਉਹਨਾਂ ਵਿੱਚ ਸਭ ਤੋਂ ਪਹਿਲਾਂ ਤਾਂ ਸਾਡੇ ਬਜ਼ੁਰਗ ਨੰਦ ਲਾਲ ਜੀ ਕਾਫੀ ਟਾਈਮ ਚੇਅਰਮੈਨ ਰਹੇ ਜੀ, ਉਹਨਾਂ ਨਾਲ ਮੀਟਿੰਗ ਹੋਈ, ਉਹਨਾਂ ਨਾਲ ਉਹ ਨਹੀਂ ਸਿਰੇ ਚੜ੍ਹੀ ਕਿਸੇ ਵੀ ਤਰ੍ਹਾਂ। ਉਸ ਤੋਂ ਬਾਅਦ ਹੁਣ ਕੋਈ 15-20 ਦਿਨ ਪਹਿਲਾਂ ਅਸੀਂ ਇੱਕ ਤਿਆਂ ਕੋਸ਼ਿਸ਼ ਕੀਤੀ ਸੀ ਵੀ ਅਸੀਂ ਇਕੱਠੇ ਹੋ ਕੇ ਮੀਟਿੰਗ ਕਰੀਏ, ਕਾਫੀ ਉਹ 'ਚ ਮੇਰੇ ਅਤੇ ਵੀਰ ਪਰਮਜੀਤ ਸੀਤਾ ਜੀ ਅਤੇ ਅਮਰਿੰਦਰ ਸਿੰਘ ਜੀ, ਚਰਨਜੀਤ ਝੱਲੀ ਜੀ, ਗੁਰਨਾਮ ਬਿਰਦੀ ਜੀ ਅਤੇ ਹੁਣ ਮਨੋਰ ਕਲੀਅਰ ਜੀ, ਹੁਣ ਦੂਜਾ ਗਰੁੱਪ ਹੁਣ ਕਹਿਣਾ ਪੈ ਰਿਹਾ ਪਰ ਜਾਣੀ ਕਿ ਮਨ ਨਹੀਂ ਕਰਦਾ ਕਹਿਣ ਨੂੰ, ਹੈ ਤਾਂ ਆਪਣੇ ਭਰਾ ਆ ਉਹ, ਇਹ ਉੱਧਰੋਂ ਆਏ ਸੀਗੇ ਅਤੇ ਉਹਨਾਂ ਮੇਰੇ ਪ੍ਰਸਤਾਵ ਰੱਖਿਆ ਸੀ ਬਈ ਅਤੇ ਜਾਂ ਤਾਂ ਵੀ ਸਾਂਝੀ ਕਮੇਟੀ ਬਣਾ ਲਓ ਅੱਧੇ ਅੱਧੇ ਬੰਦੇ ਪਾ ਕੇ ਜੀ, ਅਤੇ ਜੇ ਸਾਂਝੀ ਨਹੀਂ ਬਣਾਉਣੀ ਤਾਂ ਗੁਰੂ ਘਰ ਦੀ ਹਜ਼ੂਰੀ ਵਿੱਚ 2 ਸਲੇਟਾਂ ਰੱਖ ਕੇ ਉਹਦੀ ਟਾਸ ਪਾ ਲਓ। ਓਕੇ ਜੀ, ਪਰਚੀ ਪਾ ਲਓ ਵੀ ਕਿਹਨੂੰ ਸੇਵਾ ਮਿਲਦੀ, ਘੱਟ ਤੋਂ ਘੱਟ ਜਿਹੜਾ ਗੁਰੂ ਘਰ 'ਤੇ ਹੁਣ ਇਲੈਕਸ਼ਨ ਦਾ ਖਰਚਾ ਆ ਉਹ 30-35 ਹਜ਼ਾਰ ਹੋ ਜਾਣਾ ਜੀ, ਅਤੇ ਇਸ ਵੇਲੇ ਗੁਰੂ ਘਰ ਨੂੰ ਪੈਸੇ ਦੀ ਲੋੜ ਆ, ਅਸੀਂ ਕੰਸਟਰਕਸ਼ਨ ਕੰਮ ਚਾਹੁੰਦੇ ਹਾਂ, CO ਦੇ ਬਿਲਕੁਲ ਲਾਗੇ ਆ ਚੁੱਕੇ ਹਾਂ, ਅਤੇ ਉਹ ਜਾਣੀ ਕਿ ਅਤੇ ਹੁਣ ਅਖੀਰ 'ਤੇ ਸਾਨੂੰ ਮੈਸੇਜ ਆਇਆ ਜੀ ਬਈ ਸਾਡੇ ਪਿਛਲੇ ਬੰਦੇ ਨਹੀਂ ਮੰਨਦੇ ਵੀ ਤੁਸੀਂ ਇਲੈਕਸ਼ਨ ਦੀ ਤਿਆਰੀ ਕਰੋ। ਨਹੀਂ, ਇਹ ਤਾਂ ਬਹੁਤ ਵਧੀਆ ਜਿਹੜੀ ਮੈਨੂੰ ਗੱਲ ਸੁਣ ਕੇ ਲੱਗੀ ਕਿ ਜਿਹੜਾ ਤੁਸੀਂ ਰੁਪਈਆ ਜਿਹੜਾ ਡਾਲਰ ਦਸਵੰਧ ਦੇ ਵਿੱਚੋਂ ਗੋਲਕ ਦੇ ਵਿੱਚ ਆਇਆ, ਤੁਸੀਂ ਉਹਦਾ ਬੜਾ ਕੰਸਰਨ ਹੈਗਾ ਵੀ ਨਾ ਵੇਸਟ ਜਾਵੇ, ਜਿਹੜਾ ਵੱਧ ਤੋਂ ਵੱਧ ਅਸੀਂ ਗੁਰੂ ਘਰ ਦੇ ਸਾਹਮਣੇ ਜਿਹੜਾ ਬੈਠ ਕੇ ਪਰਚੀਆਂ ਪਾ ਲਈਏ ਕਿ ਜੇ ਤੁਸੀਂ ਇੱਧਰ ਨਹੀਂ ਆਉਣਾ ਤਾਂ ਇੱਧਰ ਆ ਜਾਓ, ਬੜਾ ਵਧੀਆ ਉਪਰਾਲਾ ਹੈਗਾ। ਜੇ ਤਾਂ ਦੀ ਸੋਚ ਹੋਵੇ ਤਾਂ ਮੇਰੇ ਹਿਸਾਬ ਨਾਲ ਕੱਲ੍ਹ ਨੂੰ ਇਲੈਕਸ਼ਨਾਂ ਹੀ ਨਾ ਹੋਣ ਤਾਂ ਬੜੇ ਵਧੀਆ ਤਰੀਕੇ ਨਾਲ ਜਿਹੜਾ ਸੁਚਾਰੂ ਢੰਗ ਨਾਲ, ਕਿਉਂਕਿ ਇੱਥੇ ਸੇਵਾ ਲੈਣ ਦੀ ਗੱਲ ਹੋ ਰਹੀ ਹੈ ਜੀ। ਜੀ ਮਨੀਸ਼ ਜੀ, ਇੱਕੋ ਗੱਲ ਮੈਂ ਕਹਿਣਾ ਚਾਹਣਾ ਜੀ, ਜਿਹੜਾ ਬੰਦਾ ਵੀ ਆਉਣਾ ਚਾਹੁੰਦਾ ਅੱਗੇ ਜੀ, ਸਿਰਫ ਅਤੇ ਸਿਰਫ ਤਨੋ ਮਨੋ ਤਨੋ ਗੁਰੂ ਘਰ ਦੀ ਸੇਵਾ ਕਰਿਆ ਕੇ ਸਵੇਰ ਨੂੰ ਆ ਜਾਵੇ, ਜਿਹੜਾ ਆਉਂਦਾ ਬੈਠ ਕੇ ਗੱਲ ਕਰੇ, ਅਸੀਂ ਨਾਲ ਹੈ, ਜਿੱਦਾਂ ਕਰਨਾ ਚਾਹੇ ਉੱਦਾਂ ਕਰੇ। ਨਹੀਂ, ਬਹੁਤ ਵਧੀਆ ਗੱਲ ਹੈਗੀ ਜੀ, ਖੁੱਲ੍ਹਾ ਸੱਦਾ ਹੈਗਾ। ਜਿਹੜੇ ਵੀ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ, ਭਾਵੇਂ ਦੂਸਰੀਆਂ ਕਮੇਟੀਆਂ ਤੋਂ ਬਿਲੋਂਗ ਕਰਦੇ ਨੇ, ਜ਼ਰੂਰ ਜਿਹੜਾ ਹੈਗਾ ਤੁਸੀਂ ਖੁੱਲ੍ਹ ਕੇ ਜਿਹੜਾ ਗੱਲ ਕਰਨ ਦਾ ਇਹਨਾਂ ਨੇ ਸੱਦਾ ਦਿੱਤਾ ਹੈਗਾ। ਉਮੀਦ ਕਰਦੇ ਹਾਂ ਕਿ ਬਿਨਾਂ ਕਿਸੇ ਗੁਰੂ ਘਰ ਦੀ ਜਿਹੜੀ ਮਨੀ ਹੈਗੀ ਹੈ ਉਸਨੂੰ ਆਪਾਂ ਇਲੈਕਸ਼ਨ ਦੇ ਵਿੱਚ ਵੇਸਟ ਕਰਨ ਦੀ ਬਜਾਏ ਜਿਹੜਾ ਖੁੱਲ੍ਹਣਾ ਜਿਹੜਾ ਕੰਮ ਕਰ ਸਕੀਏ, ਅਤੇ ਉਹੀ ਪੈਸਾ ਜਿਹੜਾ ਹੈਗਾ ਗੁਰੂ ਘਰ ਦੀ ਹੋਰ ਤਰੱਕੀ ਵਾਸਤੇ ਜਿਹੜਾ ਵਰਤ ਸਕੀਏ। ਬਹੁਤ ਵਧੀਆ ਹੈਗਾ। ਆਪਾਂ ਨੂੰ ਇੱਕ ਛੋਟੀ ਜਿਹੀ ਬ੍ਰੇਕ ਇੱਥੇ ਲੈਣੀ ਪੈਣੀ ਹੈ, ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਜਿਹੜੀ ਹੈਗੀ ਉਹਨੂੰ ਇਸੇ ਤਰ੍ਹਾਂ ਕਰਾਂਗੇ ਕੰਟੀਨਿਊ। ਮਿਲਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡਾ ਇਸ ਖਾਸ ਸ਼ੋਅ ਦੇ ਵਿੱਚ, ਜਿਸ ਵਿੱਚ ਅਸੀਂ ਸ਼੍ਰੀ ਗੁਰੂ ਰਵਿਦਾਸ ਟੈਂਪਲ ਦੀਆਂ ਆਗਾਮੀ ਚੋਣਾਂ ਦੇ ਸੰਬੰਧੀ ਜਿਹੜੀ ਉਹ ਗੱਲਬਾਤ ਕਰ ਰਹੇ ਹਾਂ। ਇਸ ਵੇਲੇ ਕਮੇਟੀ ਤੋਂ ਸਾਡੇ ਨਾਲ ਭਾਅ ਜੀ ਪਰਮਜੀਤ ਕੁਮਾਮ, ਪ੍ਰੈਜ਼ੀਡੈਂਟ ਬੇਗਮਪੁਰਾ ਕਲਚਰ ਸੁਸਾਇਟੀ, ਜਿਹੜੇ ਉਹ ਵੀ ਸਟੂਡੀਓ ਦੇ ਵਿੱਚ ਸਾਨੂੰ ਜੁਆਇਨ ਕਰ ਚੁੱਕੇ ਹੈ। ਭਾਅ ਜੀ ਤੁਹਾਡਾ ਸਵਾਗਤ ਹੈ ਇਸ ਸ਼ੋਅ ਦੇ ਵਿੱਚ, ਅਤੇ ਮੈਂ ਨਾਲ ਹੀ ਤੁਹਾਨੂੰ ਸਿੱਧੇ ਤੌਰ 'ਤੇ ਸਵਾਲ ਕਰਦਾ ਕਿ ਜਿਹੜੀਆਂ ਇਲੈਕਸ਼ਨਸ ਹੋ ਰਹੀਆਂ ਨੇ, ਤੁਸੀਂ ਆਪਣੀ ਸੁਸਾਇਟੀ ਦੇ ਵੱਲੋਂ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਹਾਂਜੀ ਮਨੀਸ਼ ਜੀ, ਧੰਨਵਾਦ ਤੁਹਾਡਾ ਕਿ ਜਿਹੜਾ ਆਪਣੇ ਕੁਐਸਚਨ ਕਰਨ ਦਾ ਜੀ, ਕਿ ਸਾਡਾ ਤਾਂ ਇੱਕੋ ਹੀ ਮਕਸਦ ਆ ਬੇਗਪੁਰਾ ਕਲਚਰ ਸੁਸਾਇਟੀ ਦਾ ਕਿ ਜੋ ਵੀ ਗੁਰੂ ਘਰ ਦੀ ਪ੍ਰਬੰਧ ਕਮੇਟੀ ਆ ਜੀ, ਉਹ ਜਿਸ ਤਰ੍ਹਾਂ ਵੀ ਗੁਰੂ ਘਰ ਦੀਆਂ ਤਰੱਕੀਆਂ ਵੱਲ ਜਾਣ ਦੇ ਕੋਈ ਵੀ ਫੈਸਲਾ ਲੈਂਦੇ, ਅਸੀਂ ਉਹਨਾਂ ਦੇ ਹਮੇਸ਼ਾ ਨਾਲ ਹਾਂ ਜੀ, ਅਤੇ ਪਹਿਲਾਂ ਵੀ ਨਾਲ ਰਹਾਂਗੇ ਅਤੇ ਅੱਗੇ ਤੋਂ ਵੀ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਸਾਥ ਦੇਵਾਂਗੇ। ਅਤੇ ਬਾਕੀ ਰਹੀ ਕਿ ਕਮਿਊਨਿਟੀ ਨੂੰ ਇਕੱਠੀ ਕਰਨ ਦੀ, ਇਹਨਾਂ ਨੇ ਬਹੁਤ ਹੀ ਉਪਰਾਲੇ ਕੀਤੇ, ਤੋ ਇਹਦੇ ਵਿੱਚ ਮੈਂ ਤਾਂ ਸਮਝਦਾ ਕਿ ਸਾਡੀ ਜਿਹੜੀ ਆ ਕਮਿਊਨਿਟੀ ਦੀ ਮਾੜੀ ਕਿਸਮ ਆ ਕਿ ਇਹਨਾਂ ਦਾ ਉਪਰਾਲਾ ਧੁਰ ਨਹੀਂ ਚੜ੍ਹ ਸਕਿਆ, ਪਰ ਫਿਰ ਵੀ ਮੈਂ ਇਹੀ ਸੰਗਤ ਅੱਗੇ ਅਪੀਲ ਕਰਦਾ ਕਿ ਜੋ ਵੀ ਸਾਡਾ ਇਹਨਾਂ ਨੇ ਪ੍ਰੋਸੀਜਰ ਸ਼ੁਰੂ ਕੀਤਾ ਆ ਮੈਂਬਰਸ਼ਿਪ ਦਾ,
ਉਹਦੇ ਵਿੱਚ ਆ ਕੇ ਆਪਣੇ ਵੱਧ ਤੋਂ ਵੱਧ ਆਪਣੀ ਮੈਂਬਰਸ਼ਿਪ ਕਰਾਉਣ ਅਤੇ ਜੋ ਵੀ ਇਹਨਾਂ ਦਾ ਗਾਹਾਂ ਇਲੈਕਸ਼ਨ ਦਾ ਪ੍ਰੋਸੀਜਰ ਹੋਇਆ ਆਪਣਾ ਕਰਨ ਅਤੇ ਬਾਕੀ ਜਿਸ ਤਰ੍ਹਾਂ ਵੀ ਕਮਿਊਨਿਟੀ ਜਾਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਇਹ ਚਾਹੁੰਦੀ ਅਸੀਂ ਇਹਨਾਂ ਦੇ ਨਾਲ ਹਮੇਸ਼ਾ ਬੇਗਮਪੁਰਾ ਅਕਾਲ ਸੁਸਾਇਟੀ ਦੇ ਸਾਰੇ ਮੈਂਬਰਾਂ ਦਾ ਪੂਰਾ ਸਹਿਯੋਗ ਦੇਵਾਂਗੇ। ਜੀ ਜੀ, ਬਹੁਤ ਵਧੀਆ ਤੁਹਾਡੇ ਵਿਚਾਰ ਹੈਗੇ ਨੇ। ਤੁਸੀਂ ਕਿਹਾ ਕਿ ਕਈ ਵਾਰੀ ਜਿਹੜੇ ਇਹਨਾਂ ਦੇ ਵੱਲੋਂ ਸੁਚਾਰੂ ਤਰੀਕੇ ਜਿਹੜੇ ਅਪਣਾਏ ਜਾਣੇ ਚਾਹੁੰਦੇ ਨੇ ਉਹ ਨਹੀਂ ਸਹੀ ਤਰੀਕੇ ਨਾਲ ਅੱਗੇ ਜਾਣ ਦਿੱਤੇ ਜਾਂਦੇ, ਪਰ ਪੰਜਾਬੀ 'ਚ ਬੜੀ ਵਧੀਆ ਕਹਾਵਤ ਹੈਗੀ ਹੈ ਕਿ ਨੇਕੀ ਕਰ ਖੁਦ ਸੁੱਟ, ਕੋਈ ਨਾ ਕੋਈ ਤਾਂ ਤੁਹਾਡੀ ਉਹਦੀ ਬਾਅਦ 'ਚ ਜਿਹੜੀ ਸਿਫਤ ਕਰੇਗਾ। ਚਲੋ ਚੰਗੀ ਗੱਲ ਹੈਗੀ ਹੈ ਤੁਹਾਡੇ ਵੱਲੋਂ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ, ਪਰ ਜਿਹੜੀ ਮੈਂ ਗੱਲ ਕਰਦਾ ਕਿ ਆਪਾਂ ਹੁਣ 2 ਸਾਲ ਬਾਅਦ ਦੁਬਾਰਾ ਇਲੈਕਸ਼ਨ ਦੇ ਵਿੱਚ ਜਾ ਰਹੇ ਹਾਂ, ਤੁਹਾਡੀ ਟਨੋਰ ਦੇ ਬਾਰੇ ਗੱਲ ਕਰਨੀ ਜਿਹੜੀ ਉਹ ਬੜੀ ਜ਼ਰੂਰੀ ਹੈਗੀ ਹੈ। ਇਸ ਟਨੋਰ ਦੇ ਵਿੱਚ ਤੁਸੀਂ ਪਹਿਲਾਂ ਵੀ ਦੱਸਿਆ ਕਿ ਤੁਸੀਂ ਜਿਹੜੇ ਇਹ ਕੰਮ ਜਿਹੜੇ ਕੀਤੇ ਨੇ, ਹੁਣ ਜਿਹੜੇ ਕਿਹੜੇ ਕੰਮ ਤੁਹਾਡੇ ਕੋਲ ਰਹਿ ਗਏ ਨੇ ਜਿਹੜੇ ਤੁਸੀਂ ਅੱਗੇ ਜਾ ਕੇ ਕਰਨੇ ਆ, ਅਤੇ ਉਹਦਾ ਕਿਸ ਤਰੀਕੇ ਨਾਲ ਪਲੈਨਿੰਗ ਜਿਹੜੀ ਉਹ ਤੁਹਾਡੀ ਹੈਗੀ ਹੈ, ਸੰਗਤਾਂ ਨੂੰ ਕੁਛ ਦੱਸੋਗੇ? ਹਾਂਜੀ ਮਨੀਸ਼ ਜੀ, ਅਤੇ ਹੁਣ ਜਿਹੜੇ ਅੱਗੇ ਅਸੀਂ ਕੰਮ ਕਰਨ ਦਾ ਪਲੈਨ ਸਾਡਾ ਹੈਗਾ, ਪਹਿਲਾਂ ਤਾਂ ਗੁਰੂ ਘਰ ਦਾ CEO, ਅਤੇ ਜੋ ਅਸੀਂ ਬਿਲਕੁਲ ਹੀ ਜਾਣੀ ਕਿ ਇੱਕ ਐਜ 'ਤੇ ਆ ਚੁੱਕੀਆਂ ਕਿ CEO ਦੇ ਲਾਗੇ ਆ ਚੁੱਕੀਆਂ, CEO ਲੈ ਕੇ ਜੀ ਤਾਂ ਗੁਰੂ ਘਰ ਦੀ ਉਸਾਰੀ ਦੀ ਹੁਣ ਜੋ ਸੰਗਤ ਦੇ ਮਨ ਵਿੱਚ ਦੇਖਿਆ ਇੱਕ ਗੁਰੂ ਘਰ ਦੇ ਅੰਦਰ ਹਾਲ ਦਾ ਕੰਮ ਹੁਣ ਹਾਲਨਾਮਾ ਬਣਾਵਾਂਗੇ ਜੀ, ਅਤੇ ਗੁਰੂ ਘਰ ਦੀ ਅਤੇ ਸੈਕਿੰਡ ਫਲੋਰ ਨੂੰ ਕੰਪਲੀਟ ਕਰਾਂਗੇ ਜੀ, ਅਤੇ ਬਾਕੀ ਉਹਦੇ 'ਤੇ ਸਾਈਡਾਂ 'ਤੇ ਕੰਮ ਕਾਫੀ ਹੋਣ ਵਾਲੇ ਆ ਜੀ, ਅਤੇ ਜੋ ਕਿ ਅਤੇ CEO ਮਿਲਣ ਤੋਂ ਬਾਅਦ ਗੁਰੂ ਘਰ ਦੇ ਅਤੇ ਘੱਟ ਤੋਂ ਘੱਟ ਕੋਈ $15,000-$20,000 ਹਰ ਮਹੀਨੇ ਦਾ ਸੇਵ ਹੋ ਸਕਦਾ ਹੈ, ਟੈਕਸ ਮਾਫ ਹੋ ਸਕਦੇ ਹੈ ਜੀ, ਬਿਜਲੀ ਦੇ ਬਿੱਲ, ਪਾਣੀ ਦੇ ਬਿੱਲ, ਉਹ ਜਾਣੀ ਕਿ CEO 'ਤੇ ਹੀ ਡਿਪੈਂਡ ਕਰਦਾ। ਇਸ ਕਰਕੇ ਅਸੀਂ ਸਾਡੀ ਪਹਿਲੀ ਕੋਸ਼ਿਸ਼ ਹੋਵੇਗੀ ਕਿ ਗੁਰੂ ਘਰ ਦਾ CEO ਅਸੀਂ ਜਲਦੀ ਤੋਂ ਜਲਦੀ ਲੈ ਲਈਏ, ਅਤੇ ਆਸ ਕਰਦੇ ਸ਼ਾਇਦ ਇਲੈਕਸ਼ਨ ਤੋਂ ਪਹਿਲਾਂ ਵੀ CEO ਮਿਲ ਜਾਵੇ ਜੀ। ਪਰ ਬਹੁਤ ਵਧੀਆ ਗੱਲ ਹੈਗੀ, ਤੁਸੀਂ ਕਹਿੰਦੇ ਕਿ $15,000-$20,000 ਜਿਹੜਾ ਬਚਾਉਣਾ ਹੈਗਾ ਇਹ ਬੜਾ ਵਧੀਆ ਹੈਗਾ, ਗੋਲਕ ਦਾ ਪੈਸਾ ਹੈਗਾ। ਪਰ ਜਦੋਂ ਇਲੈਕਸ਼ਨ ਦਾ ਸਮਾਂ ਆਉਂਦਾ, ਅਸੀਂ ਇੱਕ ਚੀਜ਼ ਬੜੀ ਵੇਖੀ ਹੈ ਕਿ ਜਦੋਂ ਵੀ ਇਲੈਕਸ਼ਨ ਹੁੰਦੀ ਹੈ ਰੋਪਾਂ ਦੀ ਗੱਲ ਜਿਹੜੀ ਉਹ ਸ਼ੁਰੂ ਹੁੰਦੀ ਹੈ, ਰੋਪਾਂ ਦੇ ਵਿੱਚ ਅਸੀਂ ਵੇਖਿਆ ਦੂਸਰੇ ਗੁਰੂ ਘਰਾਂ ਦੇ ਵਿੱਚ ਵੀ ਜਿਹੜਾ ਲੋਨ ਨੂੰ ਲੈ ਕੇ ਬੜਾ ਹਊਆ ਜਿਹੜਾ ਕ੍ਰੀਏਟ ਕੀਤਾ ਜਾਂਦਾ ਹੈ। ਸੋ ਤੁਸੀਂ ਵੀ ਕੁਛ ਸੰਗਤਾਂ ਨੂੰ ਦੱਸਣਾ ਚਾਹੋਗੇ? ਚੇਅਰਮੈਨ ਸਾਹਿਬ ਤੋਂ ਮੈਂ ਤੁਹਾਡੇ ਤੋਂ ਸਵਾਲ ਸਿੱਧਾ ਕਰ ਲੈਣਾ ਕਿ ਕੀ ਲੋਨ ਦਾ ਤੁਹਾਡੇ ਗੁਰਦੁਆਰਾ ਸਾਹਿਬ ਤੋਂ ਕੋਈ ਸਿਸਟਮ ਹੈਗਾ? ਮਨੀਸ਼ ਜੀ, ਬਹੁਤ ਸੋਹਣਾ ਕੁਐਸਚਨ ਹੈ, ਕਿਉਂਕਿ ਕਾਫੀ ਲੰਬੇ ਸਮੇਂ ਤੋਂ ਮੈਂ ਪਿਛਲੀਆਂ ਅਖਬਾਰਾਂ ਵਿੱਚ ਵੀ ਦੂਸਰੇ ਗੁਰੂ ਘਰਾਂ ਦੇ ਵਾਦ ਵਿਵਾਦ ਲੋਨ ਦੇ ਬਾਰੇ ਸੁਣਿਆ ਜੀ, ਪਰ ਇਸ ਗੁਰੂ ਘਰ ਦੇ ਲੋਨ ਦੇ ਸੰਬੰਧ ਵਿੱਚ ਮੈਂ ਇੱਕ ਗੱਲ ਜ਼ਰੂਰ ਕਲੀਅਰ ਕਰ ਦੇਣੀ ਚਾਹੁੰਦਾ ਹਾਂ। ਪਿਛਲੇ ਸਮੇਂ ਦੇ ਮੀਟਿੰਗ ਦੇ ਵਿੱਚ ਵੀ ਕੁਝ ਸੱਜਣਾਂ ਨੇ ਸਾਡੇ ਉੱਤੇ ਕੁਐਸਚਨ ਕੀਤੇ ਕਿ ਗੁਰੂ ਘਰ ਦੇ ਉੱਤੇ ਮਤਲਬ ਕਾਫੀ ਲੋਨ ਹੈ ਕਰਜ਼ੇ ਦੇ ਰੂਪ ਵਿੱਚ ਜੀ, ਇਹ ਮੈਂ ਅੱਜ ਸੰਗਤ ਨੂੰ ਵੀ ਕਲੀਅਰ ਗੱਲ ਕਰ ਦੇਣੀ ਚਾਹੁੰਦਾ ਇਸ ਸਟੂਡੀਓ ਦੇ ਵਿੱਚ ਬੈਠ ਕੇ। ਇਸ ਕਮੇਟੀ ਨੇ ਨਾ ਤਾਂ ਕੋਈ ਗੁਰੂ ਘਰ ਦੇ ਉੱਤੇ ਐਕਟੀ ਤੌਰ 'ਤੇ ਲੋਨ ਚੁੱਕਿਆ ਔਰ ਨਾ ਹੀ ਚੁੱਕਣ ਦੀ ਅਜੇ ਕੋਈ ਇੱਦਾਂ ਦੀ ਉਮੀਦ ਆ। ਓਕੇ, ਜਿੰਨਾ ਵੀ ਪੈਸਾ ਅਸੀਂ ਸਪੈਂਡ ਕੀਤਾ ਉਹ ਸੰਗਤ ਦੇ ਸਹਿਯੋਗ ਨਾਲ, ਸੰਗਤ ਤੋਂ ਕਲੈਕਟ ਕਰਕੇ ਮਨੀ ਆਪਣੀਆਂ ਪੋਕਟਾਂ ਵਿੱਚੋਂ ਸਪੈਂਡ ਕਰਕੇ ਉਹ ਗੁਰੂ ਘਰ ਦੇ ਉੱਤੇ ਸਪੈਂਡ ਕੀਤਾ। ਬਹੁਤ ਵਧੀਆ, ਜਿਹੜਾ ਕਿ ਕਾਫੀ ਦੇਰ ਤੋਂ 2012 ਤੋਂ ਲੈ ਕੇ 2015 ਦੀ ਟਰਮ ਦਾ ਟੈਕਸ ਦਾ ਪੈਸਾ ਆਇਆ ਗੁਰੂ ਘਰ ਦੇ ਉੱਤੇ ਸਟਿਲ ਹੈਗਾ ਉਹ, ਅਸੀਂ ਉਹਨੂੰ ਕੋਸ਼ਿਸ਼ ਕਰਦੇ ਹਾਂ ਕਿ ਉਹ ਬੇਬ ਹੋ ਜਾਵੇ, ਕਿਉਂਕਿ ਬੇਬ ਉਹ ਤਾਂ ਹੀ ਹੋਏਗਾ ਜਦੋਂ ਸਾਨੂੰ CEO ਮਿਲ ਗਿਆ। ਓਕੇ ਜੀ, ਪਰ ਅਸੀਂ ਪੇ ਕਰਨ ਦੇ ਹੱਕ ਵਿੱਚ ਉਹਨੂੰ ਤਾਂ ਨਹੀਂ, ਕਿਉਂਕਿ ਕਮਿਊਨਿਟੀ ਦਾ ਪੈਸਾ ਹੋਏਗਾ ਉਹ ਇੱਕ ਥਾਂ ਇੱਕਦਮ ਛੱਡ ਦੇ ਵਿੱਚ ਡਿੱਗ ਜਾਏਗਾ, ਉਹਦਾ ਕੋਈ ਫਾਇਦਾ ਨਹੀਂ ਹੋਊਗਾ। ਜੇਕਰ ਅਸੀਂ CEO ਲੈ ਕੇ ਉਹਨੂੰ ਬੇਬ ਕਰਨ ਦੇ ਲਈ ਹੋਏ ਤਾਂ ਉਹੀ ਪੈਸਾ ਅਸੀਂ ਗੁਰੂ ਘਰ ਦੀ ਤਰੱਕੀ ਦੇ ਉੱਤੇ ਲਾ ਸਕਦੇ ਹਾਂ। ਬਹੁਤ ਵਧੀਆ, ਪਰ ਉਹ ਪੈਸਾ ਜਿਹੜਾ ਕਰਜ਼ੇ ਨੂੰ ਕਹਿ ਰਹੋ ਜਾਂ ਲੋਨ ਨੂੰ ਕਹਿ ਰਹੋ ਉਹ ਪਹਿਲੀਆਂ ਪ੍ਰੀਵੀਅਸ ਕਮੇਟੀਆਂ ਦੇ ਟਾਈਮ ਦਾ ਆ। ਆਈ ਡੋਂਟ ਨੋ ਕਿਉਂ ਨਹੀਂ ਉਹਨੇ ਉਸ ਟਾਈਮ ਦੇ ਵਿੱਚ 2012 ਤੋਂ ਲੈ ਕੇ 2015 ਤੱਕ ਉਹ ਕਲੀਅਰ ਕੀਤਾ, ਜਦੋਂ ਕਿ ਉਹ ਟੈਕਸ ਦਾ ਪੈਸਾ ਉਸ ਟਾਈਮ ਦੇ ਵਿੱਚ ਹੀ ਉਹਨਾਂ ਨੂੰ ਕਲੀਅਰ ਕਰ ਦੇਣਾ ਚਾਹੀਦਾ ਸੀ ਜਿਵੇਂ ਦਾ ਕਿਵੇਂ। ਇਸ ਕਰਕੇ ਗੁਰੂ ਘਰ ਦੇ ਉੱਤੇ ਕੋਈ ਵੀ ਇਸ ਤਰੀਕੇ ਦਾ ਕਰਜ਼ਾ ਲੋਨ ਨਹੀਂ ਹੈਗਾ। ਜਿਹੜਾ ਅਖੀਰ ਦੇ ਵਿੱਚ ਮੈਂ ਇੱਕ ਜਿਹੜਾ ਤੁਹਾਡੇ ਨਾਲ ਸਿੱਧੇ ਸਵਾਲ, ਤਿੰਨਾਂ ਨੂੰ ਸਵਾਲ ਜਿਹੜਾ ਹੈਗਾ ਮੈਂ ਬੜਾ ਸ਼ੋਰਟ ਦੇ ਵਿੱਚ ਜਵਾਬ ਚਾਹਾਂਗੇ, ਕਿਉਂਕਿ ਜਦੋਂ ਦਾ ਅਸੀਂ ਸ਼ੋਅ ਕਰ ਰਹੇ ਹਾਂ ਤੁਸੀਂ ਇੱਕ ਬੜੀ ਸਾਂਝੀ ਤੌਰ 'ਤੇ ਗੱਲ ਕੀਤੀ ਹੈ ਕਿ ਅਸੀਂ ਸਾਂਝੇ ਤੌਰ 'ਤੇ ਕਮੇਟੀ ਚੁਣਨਾ ਚਾਹੁੰਦੇ ਹਾਂ ਜਿਹਦੇ ਲਈ ਤੁਹਾਡੇ ਦਰਵਾਜ਼ੇ ਹਮੇਸ਼ਾ ਜਿਹੜੇ ਨੇ ਖੁੱਲ੍ਹੇ ਹੈਗੇ ਨੇ। ਹਾਂਜੀ, ਸਾਂਝੀ ਸਲੇਟ ਦਾ ਜੇ ਹਾਲਾਤ ਕ੍ਰੀਏਟ ਹੁੰਦੇ ਨੇ ਤਾਂ ਉਹ ਕਿਸ ਤਰੀਕੇ ਨਾਲ ਹੋਣਗੇ ਤੇ ਕਿਸ ਤਰੀਕੇ ਨਾਲ ਉਹਨੂੰ ਅੱਗੇ ਲੈ ਕੇ ਤੁਸੀਂ ਜਾਓਗੇ? ਅਸੀਂ ਉਹਦੇ ਲਈ 3 ਆਪਸ਼ਨਾਂ ਗੁਰੂ ਘਰ ਦੇ ਵਿੱਚ ਸੰਗਤ ਦੇ ਅੱਗੇ ਰੱਖੀਆਂ ਸੀਗੀਆਂ ਜੀ, ਕਿ ਕੋਈ ਵੀ ਪ੍ਰਬੰਧਕ ਸੱਜਣ ਆਉਂਦਾ ਆ ਉਹਨਾਂ ਦੇ ਪ੍ਰਧਾਨਾਂ ਦੀਆਂ ਦੋਨਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਟੌਸ ਪਾ ਦਿੱਤੀ ਜਾਵੇ ਪਰਚੀ, ਜਿਹੜੀ ਵੀ ਟੌਸ ਪਹਿਲਾਂ ਨਿਕਲ ਗਈ ਉਹ 2 ਸਾਲ ਪਹਿਲਾਂ ਪ੍ਰਧਾਨਗੀ ਕਰੇਗੀ ਆਪਣੀ ਕਮੇਟੀ ਦੇ ਮੈਂਬਰ ਨਾਲ ਲੈ ਕੇ, ਦੂਸਰੀ ਟਰਮ ਜਿਹੜੀ ਆ ਆਟੋਮੈਟਿਕਲੀ ਦੂਸਰੇ ਪ੍ਰਧਾਨ ਨੂੰ ਦੇ ਦਿੱਤੀ ਜਾਵੇਗੀ। ਅਗਰ ਇਹ ਨਹੀਂ ਐਕਸੈਪਟ ਕੀਤਾ ਤਾਂ 5-5 ਮੈਂਬਰ ਦੋਨਾਂ ਗਰੁੱਪਾਂ 'ਚੋਂ ਸਿਆਣੇ ਮੈਂਬਰ ਉਹ ਚੁੱਕ ਲਓ, ਉਹ ਗੁਰੂ ਘਰ ਨੂੰ ਚਲਾਉਣਗੇ। ਅਗਰ ਇਹ ਵੀ ਨਹੀਂ ਤੁਸੀਂ ਅਸੈਪਟ ਕਰਦੇ
ਪੁਰਾਣੇ ਮੈਂਬਰਾਂ ਨੂੰ ਸਾਰਿਆਂ ਨੂੰ ਬੈਕਅਪ ਕਰਕੇ ਨਵੇਂ ਮੈਂਬਰ ਸਿਆਣੇ ਪੜ੍ਹੇ ਲਿਖੇ ਔਰ ਜਿਹੜੇ ਇੰਟਰਸਟ ਹੋਣਗੇ ਉਹਨਾਂ ਨੂੰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਵਿੱਚ ਲਿਆਓ ਤਾਂ ਕਿ ਵਾਦ ਵਿਵਾਦ ਨੂੰ ਖਤਮ ਕਰਕੇ ਉਹ ਅੱਗੇ ਲੈ ਕੇ ਜਾਣ। ਅਗਰ ਇਹ ਵੀ ਨਹੀਂ ਉਹਨਾਂ ਨੂੰ ਅਸੈਪਟ ਹੈਗਾ, ਇੱਕ ਹੋਰ ਅਸੀਂ ਪੁਆਇੰਟ ਕੀਤਾ ਸੀਗਾ ਐਡ ਕਿ ਅਗਰ ਇਸ ਕਮੇਟੀ ਨੂੰ, ਪ੍ਰੈਜ਼ੈਂਟ ਕਮੇਟੀ ਨੂੰ ਤੁਸੀਂ ਇੱਕ ਸਾਲ ਹੋਰ ਦੇ ਦਿਓ ਤਾਂ ਕਿ ਗੁਰੂ ਘਰ ਦਾ ਜਿਹੜਾ CEO ਆ ਉਹ ਅਸੀਂ ਲੈ ਕੇ ਗੁਰੂ ਘਰ ਦੇ ਉਹਨੂੰ ਜਿੰਨਾ ਵੀ ਅਸੀਂ ਸਾਡੀ ਕੋਸ਼ਿਸ਼ ਸੰਗਤ ਦੇ ਸਹਿਯੋਗ ਨਾਲ ਤਰੱਕੀ ਵੱਲ ਨੂੰ ਲਿਜਾ ਸਕੇ ਲਿਜਾਵਾਂਗੇ ਔਰ ਗੁਰੂ ਘਰ ਦੀ ਲੁੱਕ ਆ ਜਿਹੜੀ ਉਹਨੂੰ ਵੀ ਬਦਲਾਂਗੇ। ਉਸ ਤੋਂ ਬਾਅਦ ਐਟੋਮੈਟਿਕਲੀ ਜਿਹੜੀ ਵੀ ਦੂਸਰੀ ਪਾਰਟੀ ਹੋਵੇਗੀ ਉਹਨੂੰ 3 ਸਾਲ ਅਸੀਂ ਦੇ ਦਾਂਗੇ। ਇਹ ਲਿਖਤੀ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹ ਸਟੇਟਮੈਂਟ ਕਰ ਲਓ ਤਾਂ ਇਹਦੇ ਲਈ ਵੀ ਅਸੀਂ ਆ ਗਈ ਹਾਂ। ਨਹੀਂ, ਬਹੁਤ ਵਧੀਆ ਹੈਗਾ। ਫਸਟ ਮੈਨੂੰ ਸਭ ਤੋਂ ਵਧੀਆ ਜਿਹੜੀ ਗੱਲ ਲੱਗੀ ਹੈਗੀ ਕਿ ਯੰਗਸਟਰ ਜਿਹੜੇ ਹੈਗੇ ਨੇ ਉਹਨਾਂ ਨੂੰ ਸੇਵਾ ਦਿੱਤੀ ਜਾਵੇ, ਕਿਉਂਕਿ ਅਲਟੀਮੇਟਲੀ ਅੱਜ ਨਹੀਂ 10 ਸਾਲਾਂ ਬਾਅਦ ਉਹਨਾਂ ਨੇ ਆ ਕੇ ਗੁਰੂ ਘਰ ਦੀ ਸੇਵਾ ਜਿਹੜੀ ਲੈਣੀ ਹੈ। ਅਤੇ ਪ੍ਰਧਾਨ ਸਾਹਿਬ ਤੁਸੀਂ ਆਪਣੇ ਵੱਲੋਂ ਸੰਗਤ ਨੂੰ, ਕਿਉਂਕਿ ਆਪਣੇ ਕੋਲ 1 ਮਿੰਟ ਰਹਿ ਗਿਆ, ਕੀ ਕਹਿਣਾ ਚਾਹੋਗੇ ਇਸ ਵੋਟਾਂ ਪ੍ਰਤੀ? ਹਾਂਜੀ, ਅਤੇ ਮੈਂ ਆਪਣੇ ਵੱਲੋਂ ਅਤੇ ਆਪਣੀ ਕਮੇਟੀ ਵੱਲੋਂ ਅਤੇ ਸੰਗਤ ਨੂੰ ਅਪੀਲ ਕਰਦਾ ਕਿ ਆਓ ਇਹਨਾਂ ਤੇ ਡੇਟਾਂ 'ਤੇ 11, 12, 25 ਅਤੇ 18, 19 ਅਤੇ 25, 26 ਨਵੰਬਰ ਨੂੰ ਇੱਥੇ ਆ ਕੇ ਆਪਣੀ ਮੈਂਬਰਸ਼ਿਪ ਲਵੋ। ਜੇ ਸਾਡੇ ਕੋਲ ਮੈਂਬਰਸ਼ਿਪ ਹੋਵੇਗੀ ਤਾਂ ਹੀ ਸਾਨੂੰ ਇੱਕ ਸਹੀ ਕਮੇਟੀ ਚੁਣਨ ਦਾ ਹੱਕ ਹੋਊਗਾ। ਇੱਕ ਵੋਟ ਹੀ ਇਹੋ ਜਿਹਾ ਹੱਕ ਆ ਕਿ ਅਸੀਂ ਇੱਥੇ ਸਹੀ ਕਮੇਟੀ ਅੱਗੇ ਲਿਆ ਸਕਦੇ ਹਾਂ। ਇਸ ਕਰਕੇ ਆਓ ਆ ਕੇ ਮੈਂਬਰਸ਼ਿਪ ਲਓ ਜੀ। ਜੀ ਬਿਲਕੁਲ ਪਰਮਜੀਤ ਜੀ, ਤੁਸੀਂ ਕੁਛ ਐਡ ਕਰਨਾ ਹੋਵੇ? ਮਨੀਸ਼ ਜੀ, ਮੈਂ ਤਾਂ ਇੱਕੋ ਗੱਲ ਆਪਣੇ ਸੰਗਤ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਆਪਾਂ ਸਾਰੇ ਹੀ ਰਲ ਮਿਲ ਕੇ ਇਹ ਜੋ ਕਿ ਕਮੇਟੀ ਨੇ ਮੈਂਬਰਸ਼ਿਪ ਸ਼ੁਰੂ ਕੀਤੀ ਹੈ, ਇਹਨਾਂ ਦਾ ਸਾਥ ਦੇਈਏ, ਵੱਧ ਤੋਂ ਵੱਧ ਮੈਂਬਰਸ਼ਿਪ ਲਈਏ ਅਤੇ ਜੋ ਵੀ ਸਾਨੂੰ ਚੰਗੀ ਪ੍ਰਬੰਧਕ ਕਮੇਟੀ ਆ ਉਹਨਾਂ ਦੇ ਸਿਰ 'ਤੇ ਹੀ ਮਤਲਬ ਮਿਲੇਗੀ ਔਰ ਅੱਗੇ ਆਏਗੀ ਅਤੇ ਗੁਰੂ ਘਰ ਦਾ ਜਿਹੜਾ ਆ ਕੰਮ ਤਰੱਕੀਆਂ 'ਤੇ ਜਾਵੇ। ਅਤੇ ਬਾਕੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਕੋਸ਼ਿਸ਼ ਕਰਦੇ ਆ ਟਾਈਮ ਟਾਈਮ 'ਤੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਅਤੇ ਇਲੈਕਸ਼ਨ ਦੇ ਬਾਰੇ ਜਾਣਕਾਰੀ ਜਿਹੜੀ ਸਾਡੀ ਸੰਗਤ ਨਾਲ ਜਿਹੜੀ ਉਹ ਸਾਂਝੀ ਕੀਤੀ ਹੈ। ਦੋਸਤੋ, ਮੈਂ ਇੱਥੇ ਜ਼ਰੂਰ ਦੱਸ ਦੇਣਾ ਚਾਹੁੰਦਾ ਕਿ 18 ਅਤੇ 19 ਤਰੀਕ ਨੂੰ ਜਿਹੜਾ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਜਿਹੜੀਆਂ ਨੇ ਉਹ ਮੈਂਬਰਸ਼ਿਪ ਜਿਹੜੀ ਖੁੱਲ੍ਹੀ ਹੈਗੀ ਹੈ। ਇਸ ਤੋਂ ਬਾਅਦ 25 ਅਤੇ 26 ਤਰੀਕ ਨੂੰ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਜਿਹੜੀ ਅਖੀਰਲੀ ਮੈਂਬਰਸ਼ਿਪ ਹੈ ਉਹ ਲਈ ਜਾਏਗੀ। ਇਸ ਤੋਂ ਬਾਅਦ ਜਿਹੜੀ ਇਹ ਮੈਂਬਰਸ਼ਿਪ ਨਹੀਂ ਹੈਗੀ। ਸੋ ਅਸੀਂ ਆਪਣੇ TV ਚੈਨਲ ਵੱਲੋਂ ਤੁਹਾਨੂੰ ਖੁੱਲ੍ਹ ਕੇ ਜਿਹੜਾ ਸੁਨੇਹਾ ਦੇਣਾ ਚਾਹੁੰਦੇ ਹਾਂ, ਸੋ ਜ਼ਰੂਰ ਇਸ ਮੈਂਬਰਸ਼ਿਪ ਨੂੰ ਜਿਹੜਾ ਜਾ ਕੇ ਉੱਥੇ ਭਰੋ ਅਤੇ ਵੋਟਾਂ ਦਾ ਜਿਹੜਾ ਤੁਹਾਡਾ ਆਪਣਾ ਅਧਿਕਾਰ ਹੈਗਾ ਉਹਦੀ ਵਰਤੋਂ ਜਿਹੜੀ ਹੈ ਜ਼ਰੂਰ ਨਵੀਂ ਕਮੇਟੀ ਚੁਣਨ ਵਾਸਤੇ ਕਰੋ। ਤੁਹਾਡਾ ਸਾਰਿਆਂ ਦਾ ਇੱਥੇ ਆਉਣ ਵਾਸਤੇ ਬਹੁਤ ਬਹੁਤ ਧੰਨਵਾਦ। ਇੱਕ ਵਾਰੀ ਫਿਰ ਫਤਿਹ ਸਾਂਝੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।